ਜਦੋਂ ਫਿਲਮ ਬਣ ਗਈ, ਜਦੋਂ ਲਿਖ ਲਿਆ ਪੂਰਾ ਤਾਂ ਈਵਨ ਬਣਾ ਵੀ ਦਿੱਤੀ। ਉਦੋਂ ਬਾਅਦ 'ਚ ਵੀ ਬਹੁਤ ਵਾਰੀ ਮੈਨੂੰ ਸੁਜੈਸ਼ਨ ਆਈਆਂ ਕਿ ਬਹੁਤ ਕਨਫਿਊਜ਼ਿੰਗ ਹੈ ਇਹ, ਪਤਾ ਨਹੀਂ ਲੱਗਣਾ ਕੀ ਹੈਗਾ। ਪਰ ਮੈਂ ਜਿੱਦਾਂ ਫਿਲਮ ਬੜੀ ਡਿਫਰੈਂਟ ਜੀ ਹੈਗੀ ਅਨਕਨਵੈਨਸ਼ਨਲ ਹੋਰ ਪੰਜਾਬੀ ਇੰਡੀਅਨ ਫਿਲਮਾਂ ਨਾਲ, ਤਾਂ ਹੋਰ ਨਾਮ ਜਿਵੇਂ ਯਾਰਾਂ ਨਾਲ ਬਹਾਰਾਂ ਜਾਂ ਇੱਦਾਂ ਦਾ ਕੁਛ, ਉਹ ਕੁਛ ਵਰਕ ਨਹੀਂ ਕਰਦਾ ਉਹਦੇ 'ਤੇ। ਸੋ ਮੈਨੂੰ ਲੱਗਿਆ ਕਿ ਲਾਈਕ ਇਹ ਆਲਰੇਡੀ ਜਿੱਦਾਂ ਕਿ ਡੈਸਟੀਨੀ ਹੈਗੀ, ਇਹਦਾ ਨਾਮ ਇਹੀ ਹੋ ਸਕਦਾ। ਸੋ ਲੈਟਸ ਜਸਟ ਲੀਵ ਇਟ ਲਾਈਕ ਦੈਟ। ਅੱਛਾ, ਤੁਸੀਂ ਯੂਜੁਅਲੀ ਪੰਜਾਬੀ ਫਿਲਮਾਂ ਵੇਖਦੇ ਹੋ? ਹਾਂਜੀ। ਕਿਹੜੀਆਂ ਫਿਲਮਾਂ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਪਿਛਲੇ ਦਿਨੀ, ਜਾਂ ਕਹਿ ਲਓ ਵੀ ਪਿਛਲੇ ਸਾਲ ਦੀ ਸਿਰਫ ਗੱਲ ਕਰ ਲਈਏ? ਜਦੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਏਸ਼ੀਆ ਦੇ ਵਿੱਚ ਮੈਂ ਗੁਰਵਿੰਦਰ ਸਿੰਘ, ਜਿਹੜੇ ਬੜੇ ਵਧੀਆ ਦੋਸਤ ਵੀ ਨੇ ਹੁਣ ਮੇਰੇ, ਉਹਨਾਂ ਦੀ ਫਿਲਮ ਉੱਥੇ ਆਈ ਸੀਗੀ ਅੱਧ ਚਾਨਣੀ ਰਾਤ ਜੀ। ਐਂਡ ਹੀ ਇਜ਼ ਐਨ ਅਮੇਜ਼ਿੰਗ ਫਿਲਮ ਮੇਕਰ। ਉਹਨਾਂ ਦੀ ਪੁਰਾਣੀਆਂ ਫਿਲਮਾਂ ਅੰਨੇ ਘੋੜੇ ਉਡਾਣ, ਚੌਥੀ ਕੂਟ, ਉਹ ਬਹੁਤ ਮੈਨੂੰ ਮਤਲਬ ਕੈਂਟ ਲੱਗਦੇ ਆ ਭਾਜੀ ਦੀ ਜਿਹੜੀ ਫਿਲਮ ਮੇਕਿੰਗ ਹੈਗੀ ਆ। ਫਿਰ ਪੰਜਾਬੀ ਦੇ ਵਿੱਚ ਮੈਂ ਸ਼ਾਇਦ ਕੁਝ ਨਾ ਭੁੱਲ ਜਾਊਂਗਾ, ਜਿੱਦਾਂ ਦਲਜੀਤ ਭਾਜੀ ਦੀ ਸੀਗੀ ਫਿਲਮ 1984, ਉਹ ਬੜੀ ਵਧੀਆ ਲੱਗੀ ਸੀ। ਮੰਜੇ ਬਿਸਤਰੇ ਬਹੁਤ ਬਹੁਤ ਕੈਂਟ ਫਿਲਮ ਸੀ, ਬਹੁਤ ਵਾਰੀ ਦੇਖੀ ਅਸੀਂ। ਮਤਲਬ ਪ੍ਰਾਹੁਣਾ ਇੱਕ ਸੀ, ਉਹ ਵੀ ਬਹੁਤ 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 ਦੇਖੀ ਹੈ। ਸੋ ਇਸ ਤਰ੍ਹਾਂ ਦੇ ਲਾਈਕ ਆਈ ਮੈਂ ਸਾਰੀਆਂ ਦੇਖੀ ਦੀਆਂ, ਜਿਹੜੀ ਵੀ ਕਮਲਾ ਦਾ ਸ਼ਬਦ ਚੋਬਰ ਦੇਖੀ ਸੀ ਕੁਝ ਦਿਨ ਪਹਿਲਾਂ, ਤੇ ਉਹਦੇ 'ਚ ਵੀ ਗਾਣਾ ਨਾ ਬਰਾਬਰ ਹੀ ਸੀ। ਹਾਂਜੀ ਹਾਂਜੀ, ਉਹ ਮਨੀਸ਼ ਭੱਟ ਬੜੇ ਮੈਨੂੰ ਵਧੀਆ ਲੱਗਦੇ, ਉਹਨਾਂ ਨੇ ਪੰਛੀ ਮੈਨੂੰ ਬਹੁਤ ਸੋਹਣੀ ਲੱਗੀ ਸੀ ਫਿਲਮ। ਦੇਖੀ ਤੁਸੀਂ? ਹਾਂਜੀ, ਪਿੰਡ ਚੱਕਣ ਦੀ ਸ਼ਿਕਾਰੀ ਉਹਨਾਂ ਦਾ ਵੀ ਬਹੁਤ ਵਧੀਆ ਸੀਗਾ। ਅਤੇ ਜਿਹੜਾ ਜੇ ਰੰਧਾਵਾ ਵੀਰਾ ਹੈਗਾ, ਉਹ ਮੈਨੂੰ ਬੜੇ ਵਧੀਆ ਐਕਟਰ ਲੱਗਦੇ ਨੇ। ਸੋ ਹਾਂਜੀ, ਇਸ ਫਿਲਮ ਦੀ ਕਹਾਣੀ ਦੇ ਵਿੱਚ ਜੱਗ ਬੀਤੀ ਹੀ ਹੈ ਜਾਂ ਹੱਡ ਬੀਤੀ ਵੀ ਕੁਛ ਹੈ ਵੀ? ਸੋ ਹੱਡ ਜੱਗ ਹੱਡ ਬੀਤੀ ਹੈਗੀ ਆ, ਪਰ ਨਾਟ ਇਨ ਦਾ ਟਰਮਸ ਆਫ ਕ੍ਰਾਈਮ। ਓਕੇ। ਪਰ ਮੈਨੂੰ ਇੰਨਾ ਪਤਾ ਵੀ ਦੋਸਤੀ 'ਚ ਜੇ ਖਟਾਸ ਆਉਂਦੀ ਆ ਜਾਂ ਰਿਸ਼ਤਿਆਂ 'ਚ ਜੇ ਕੁਛ ਉੱਪਰ ਥੱਲੇ ਹੁੰਦਾ ਆ, ਤਾਂ ਉਹਦਾ ਇੰਪੈਕਟ ਜਿਹੜਾ ਹੈਗਾ ਉਹ ਬੰਦੇ ਦੀ ਮੈਂਟੈਲਿਟੀ 'ਤੇ ਜ਼ਰੂਰ ਪੈਂਦਾ, ਚਾਹੇ ਉਹ ਕਾਨੂੰਨ ਦੇ ਇੱਧਰ ਖੜਾ ਹੋਵੇ ਜਾਂ ਦੂਸਰੀ ਸਾਈਡ 'ਤੇ ਖੜਾ ਹੋਵੇ। ਸਾਡੇ ਇੱਥੋਂ ਦੇ ਤਾਂ ਪ੍ਰੋਡਿਊਸਰਸ ਨੂੰ ਪ੍ਰੋਪਰ ਮਸਾਲਾ ਚਾਹੀਦਾ ਹੁੰਦਾ ਵੀ ਲੱਗਦੇ ਸਾਰ ਹੀ ਬੋਕਸ ਆਫਿਸ 'ਤੇ ਛਾ ਜਾਣੀ ਚਾਹੀਦੀ ਹੈ ਪੈਸੇ ਵਸੂਲੀ ਵਾਸਤੇ, ਹੈ ਨਾ। ਸੋ ਤੁਸੀਂ ਪ੍ਰੋਡਿਊਸਰਸ ਨੂੰ ਜਦੋਂ ਅਪਰੋਚ ਕੀਤੀ, ਉਹਨਾਂ ਨੇ ਐਗਰੀ ਕਰ ਲਿਆ ਤੁਹਾਡੀ ਫਿਲਮ 'ਚ ਤਾਂ ਕੋਈ ਗਾਣਾ ਵੀ ਨਹੀਂ ਹੈਗਾ, ਤਾਂ ਹਾਲੀਵੁੱਡ ਟਾਈਪ ਤੁਸੀਂ ਬਣਾਈ ਹੈ? ਹਾਂਜੀ, ਫਿਲਮ ਐਕਚੁਅਲੀ ਪਹਿਲਾਂ ਲਿਖੀ ਇੰਗਲਿਸ਼ 'ਚ ਸੀ। ਅੱਛਾ। ਸੋ ਬਿਕੋਜ਼ ਮੇਰਾ ਪੰਜਾਬੀ ਫਿਲਮਾਂ, ਮਤਲਬ ਮੇਰੀਆਂ ਸ਼ਾਰਟ ਫਿਲਮਾਂ ਦੇਖੋ ਇੰਗਲਿਸ਼ ਫ੍ਰੈਂਚ ਦੇ ਵਿੱਚ ਨੇ, ਡਾਕੂਮੈਂਟਰੀ ਵੀ ਇੰਗਲਿਸ਼ ਦੇ ਵਿੱਚ ਸੀਗੀ। ਸੋ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਪੰਜਾਬੀ ਬਣਾਊਂਗਾ ਜਾਂ ਮੈਂ ਪੰਜਾਬ ਦੇ ਵਿੱਚ ਇੱਦਾਂ ਰਿਲੀਜ਼ ਕਰੂੰਗਾ ਫਿਲਮ। ਪਰ ਜਦੋਂ ਮੈਂ ਪ੍ਰੋਡਿਊਸਰ ਦੇ ਕੋਲ, ਜੋ ਫਿਰ ਮੈਂ ਬਾਅਦ 'ਚ ਦੇਖਿਆ ਕਿ ਇੰਗਲਿਸ਼ ਦਾ ਬਜਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਹੋ ਜਾਣਾ, ਉਹਨਾਂ ਦਾ ਨਹੀਂ ਹੋ ਪਾਏਗਾ। ਔਰ ਮੈਨੂੰ ਕੋਈ ਬਾਹਰਲੇ ਦੇਸ਼ਾਂ 'ਚ ਜ਼ਿਆਦਾਤਰ ਸਾਰੇ ਲੋਕ ਗਵਰਨਮੈਂਟ ਜਾਂ ਗ੍ਰਾਂਟਸ 'ਤੇ ਡਿਪੈਂਡ ਕਰਦੇ ਆ। ਸੋ ਫਿਰ ਪ੍ਰੋਡਿਊਸਰ ਵੀ ਤੁਸੀਂ ਆਪ ਹੀ ਬਣ ਕੇ? ਹਾਂਜੀ। ਓਕੇ, ਕੋਈ ਹੋਰ ਆਪਸ਼ਨ ਨਹੀਂ ਸੀ। ਅਤੇ ਕੋਵਿਡ ਪ੍ਰੋਬਲਮ ਤਾਂ ਕੈਨੇਡਾ ਵੀ ਆਈ ਸੀ, ਹੈ ਨਾ, ਔਰ ਤੁਹਾਡੇ ਚੈਲੰਜਸ ਕਿਹੋ ਜਿਹੇ ਸੀ? ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ। ਉਹ ਸਾਡੀ ਜਿਹੜੀ ਲੀਡ ਐਕਟਰਸ ਹੈ ਅਰਸ਼ ਪ੍ਰਭਾ, ਸ਼ੀਜ਼ ਵੈਰੀ ਹਾਰਡ ਵਰਕਿੰਗ, ਬਹੁਤ ਵਧੀਆ ਕੰਮ ਕੀਤਾ ਉਹਨੇ। ਉਹ ਆਪਣਾ ਸ਼ੂਟ ਖਤਮ ਕਰਕੇ ਚਲੀ ਗਈ ਸੀ ਹਫ਼ਤੇ ਦਾ, ਐਂਡ ਦੈਨ 2 ਕੁ ਦਿਨਾਂ ਬਾਅਦ ਉਹਦਾ ਮੈਸੇਜ ਆਇਆ। ਸਾਡਾ ਹਜੇ 10 ਕੁ ਦਿਨ ਦਾ ਸ਼ੂਟ ਬਾਕੀ ਸੀਗਾ, ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਕੋਵਿਡ ਪੋਜ਼ਿਟਿਵ ਆ ਮੈਂ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਟ ਆਈ ਐਮ ਅਸਿੰਪਟੋਮੈਟਿਕ। ਸੋ ਮੈਨੂੰ ਫਿਰ ਲੱਗਿਆ ਕਿ ਹੁਣ ਸਾਨੂੰ ਸਾਰਿਆਂ ਨੂੰ ਕੋਵਿਡ ਬਾਏ ਲਾਅ ਕਰਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ, ਤੁਸੀਂ ਸਾਰੀ ਜਿੰਨੇ ਵੀ ਯੂਨਿਟ ਦਾ ਟੈਸਟ ਕਰੋ। ਅਤੇ ਉਹਦੇ ਵਿੱਚ ਹੁਣ ਜਿਨ੍ਹਾਂ ਨੂੰ ਮਾੜਾ ਮੋਟਾ ਜ਼ੁਕਾਮ ਵੀ ਸੀਗਾ, ਉਹ ਡਰੇ ਹੋਏ ਸੀਗੇ ਕਿ ਸਾਡਾ ਤਾਂ ਨਿਕਲ ਹੀ ਆਉਣਾ। ਉਹ ਜ਼ਿਆਦਾਤਰ ਐਕਟਰ ਟੋਰੋਂਟੋ ਦਾ ਆਏ ਸੀ, ਮਨਿੰਦਰ ਵੀ ਟੋਰੋਂਟੋ ਸੀ, ਹਰਸ਼ਨ ਭਾਜੀ ਟੋਰੋਂਟੋ ਦਾ ਆਏ ਸੀਗੇ, ਸ਼ਹਿਜ਼ਾਦ ਵੀ ਟੋਰੋਂਟੋ, ਜਿਹੜਾ ਸਾਡਾ DOP ਡਾਇਰੈਕਟਰ ਆਫ ਫੋਟੋਗ੍ਰਾਫੀ, ਜਸ਼ਨ ਫਸਟ AC ਉਹ ਵੀ ਟੋਰੋਂਟੋ। ਸੋ ਮੈਂ ਕਿਹਾ ਵੀ ਨਹੀਂ ਵੀ, ਉਹ ਕਹਿੰਦੇ ਵੀ ਤੁਸੀਂ ਆਪਾਂ ਲੋਕਾਂ ਨੇ ਮੈਨੂੰ ਸਲਾਹ ਵੀ ਦਿੱਤੀ ਕਿ ਤੁਸੀਂ ਜਿਹੜੇ ਜਿੰਨੇ ਕੁ ਦੇਣੇ ਹੈਗੇ ਤੁਸੀਂ ਚੁੱਪ ਕਰਕੇ ਆਪਦਾ ਸ਼ੂਟ ਕਰ ਲਓ, ਅਤੇ ਸਭ ਤੋਂ ਪਹਿਲਾਂ ਕਿਸੇ ਨੂੰ ਪਤਾ ਲੱਗੇ ਤੁਸੀਂ ਖਤਮ ਕਰ ਲਓ। ਬਟ ਆਈ ਵਾਜ਼ ਵੈਰੀ ਕਲੀਅਰ ਕਿ ਜਿਹੜੇ ਲੋਕ ਮੈਨੂੰ ਫੇਵਰ ਕਰ ਰਹੇ ਨੇ, ਕੋਈ ਆਪਦਾ ਘਰ ਦੇ ਰਿਹਾ ਸੀ, ਕੋਈ ਦੋਸਤ ਆਪਦੀ ਕਾਰ ਦੇ ਰਿਹਾ ਸੀਗਾ, ਸੋ ਉਹ ਫੇਵਰਸ ਨੂੰ ਆਈ, ਜੋ ਕੋਈ ਮੇਰੇ ਲਈ ਕਰ ਰਿਹਾ ਤਾਂ ਮੇਰੀ ਰਿਸਪੋਂਸੀਬਿਲਟੀ ਬਣਦੀ ਕਿ ਉਹਨਾਂ ਨੂੰ ਮੈਂ ਸੱਚੀ ਗੱਲ ਦੱਸਾਂ ਕਿ ਬਈ ਸਾਡੇ 'ਚੋਂ ਕਿਸੇ ਨੂੰ ਕੋਵਿਡ ਹੋਇਆ, ਅਤੇ ਉੱਥੇ ਨਾ ਲੈ ਕੇ ਜਾਵਾਂ ਅੰਟਿਲ ਆਈ ਐਮ ਕਲੀਅਰ ਕਿ ਮੇਰੇ ਯੂਨਿਟ 'ਚ ਕਿਸੇ ਨੂੰ ਕੋਵਿਡ ਪੋਜ਼ਿਟਿਵ ਨਹੀਂ ਹੈ। ਸੋ ਫਿਰ ਉਹਨਾਂ ਨੂੰ ਟੋਰੋਂਟੋ ਭੇਜ ਕੇ ਉਹਨਾਂ ਦਾ ਕੋਵਿਡ ਟੈਸਟ ਕਰਾਇਆ, ਔਰ ਮੈਨੂੰ ਲੱਗਿਆ ਸੀ ਸ਼ਾਇਦ ਫਿਲਮ ਹੁਣ ਬੰਦ ਹੋ ਜਾਏਗੀ ਕਿਉਂਕਿ ਵਾਪਸ ਸ਼ਾਇਦ ਨਹੀਂ ਆਉਣ ਉਹਨਾਂ ਦੀ, ਵੀ ਇੱਕ ਵੀ ਪੋਜ਼ਿਟਿਵ ਹੋ ਗਿਆ ਤਾਂ ਦੈਨ ਗੱਲ ਜਾਂਦੀ, ਫਿਰ ਖਤਮ ਹੋ ਜਾਂਦੀ। ਸਰ ਦੀ ਗੱਲ ਜ਼ਰੂਰ ਕਰਨਾ ਚਾਹਾਂਗੇ, ਅਸੀਂ ਦੇਖ ਰਹੇ ਹਾਂ ਕਿ ਡਰੱਗਸ ਦੀ ਉਹਦੇ ਵਿੱਚ ਇੱਕ ਜਿਹੜੀ ਹੈ ਉਹ ਇੱਕ ਫੇਸ ਦਿਖਾਇਆ ਗਿਆ, ਕ੍ਰਾਈਮ ਦਾ ਫੇਸ ਵਿਖਾਇਆ ਗਿਆ, ਸੋ ਉਹ ਵਾਲਾ ਚੈਲੰਜ ਵੀ ਫੇਸ ਕਰਨਾ ਪਿਆ ਤੁਹਾਨੂੰ? ਹਾਂਜੀ, ਕਿਉਂਕਿ ਜਦੋਂ ਇੰਡੀਅਨ ਸੈਂਸਰ ਨੇ ਉਹ ਫਿਲਮ ਸੈਂਸਰਸ਼ਿਪ ਸਰਟੀਫਿਕੇਟ ਦਿੱਤਾ, ਤਾਂ ਸਾਨੂੰ ਇਹ ਸਰਟੀਫਿਕੇਟ ਮਿਲਿਆ ਬਾਲਗ ਦਰਸ਼ਕਾਂ ਦੀ ਹੋਣੀ,
ਤੇ ਉਹਨਾਂ ਚ ਕੁਝ ਜਗ੍ਹਾ ਜਿੱਤੇ ਉਹਦੇ ਚ ਫਿਲਮ ਦੇ ਵਿੱਚ ਗਾਲਾਂ ਹੈਗੀਆਂ ਨੇ ਸੀਗੀਆਂ ਤਾਂ ਉਹਨਾਂ ਨੂੰ ਮਤਲਬ ਅਲਾਊ ਨਹੀਂ ਕਰਦੇ ਉਹ ਇੰਡੀਅਨ ਸੈਂਸਰ ਦੇ ਹਿਸਾਬ ਨਾਲ ਤੇ ਫਿਰ ਉਹਨਾਂ ਨੂੰ ਡਬ ਕੀਤਾ ਥੋੜ੍ਹੇ ਹੋਰ ਲਾਈਟ ਸ਼ਬਦਾਂ ਦੇ ਵਿੱਚ ਤਾਂ ਕਿ ਚਲਾਉਣੀ ਤਾਂ ਹੈਗੀ ਫਿਲਮ ਜੋ ਵਟਐਵਰ ਦਾ ਨਾਮ ਆਫ ਦਾ ਪਲੇਸ ਇਜ਼ ਯੂ ਹੈਵ ਟੂ ਫੋਲੋ ਇਟ ਰਾਈਟ ਕੈਨੇਡਾ ਦੇ ਵਿੱਚ ਦੀ ਓਰੀਜਨਲ ਵਰਜ਼ਨ ਨਹੀਂ ਚੱਲੇਗਾ ਬਿਕੋਜ਼ ਉਹ ਸਿਰਫ ਸਰਟੀਫਿਕੇਟ ਦਿੰਦੇ ਨੇ ਉਹ ਸੈਂਸਰ ਨਹੀਂ ਕਰਦੇ ਕਿਸੇ ਚੀਜ਼ ਓਕੇ ਹਾਂਜੀ ਅਤੇ ਉਹਦਾ ਪਰ ਮੈਨੂੰ ਜਦੋਂ ਕੋਈ ਲੋਕ ਪੁੱਛਦੇ ਸੀ ਉਹ 'ਚ ਗਾਲਾਂ ਨੇ ਤਾਂ ਇੱਦਾਂ ਕਰਕੇ ਤੁਸੀਂ ਉਹਨੂੰ ਲਾਈਟ ਕਿਉਂ ਨਹੀਂ ਕੀਤਾ ਸ਼ੂਟਿੰਗ ਦੇ ਦੌਰਾਨ ਵੀ ਮੈਨੂੰ ਕਹਿੰਦੇ ਸੀਗੇ ਉਹਦੇ ਨਾਲ ਸਾਡੀ ਡੋਰ ਬੰਦ ਹੋ ਜਾਣਗੇ ਟੀਵੀ 'ਤੇ ਨਹੀਂ ਫਿਲਮ ਆ ਪਾਏਗੀ ਜਾਂ ਕੋਈ ਟ੍ਰੇਲਰ ਨਹੀਂ ਸ਼ੇਅਰ ਕਰੇਗਾ ਕੀ ਇਹ ਕਾਸਟ ਵੱਲੋਂ ਵੀ ਚੀਜ਼ਾਂ ਹੋਈਆਂ ਨੇ ਹਾਂਜੀ ਹਾਂਜੀ ਓਕੇ ਕਿਉਂਕਿ ਉਹਨਾਂ ਦਾ ਵੀ ਐਕਸਪੀਰੀਅੰਸ ਹੁੰਦਾ ਪਹਿਲਾਂ ਦੀਆਂ ਫਿਲਮਾਂ ਦੇ ਵਿੱਚ ਔਰ ਹਰ ਕਾਸਟ ਦਾ ਜਾਂ ਹਰ ਕਰੂ ਦੇ ਮੈਂਬਰ ਫਿਲਮ ਦੇ ਮੈਂਬਰ ਇਹ ਹੁੰਦਾ ਕਿ ਸਾਡੀ ਫਿਲਮ ਜਿਹੜੀ ਉਹਦੇ ਓਪਰਚੁਨਿਟੀਜ਼ ਨੂੰ ਕਲੋਜ਼ ਨਾ ਕਰੀਏ ਨਵੀਂ ਓਪਰਚੁਨਿਟੀਜ਼ ਨੂੰ ਅਸੀਂ ਓਪਨ ਕਰੀਏ ਰਾਈਟ ਸੋ ਫਿਲਮ ਦੇ ਨਾਮ ਨੂੰ ਲੈ ਕੇ ਮੈਂ ਜ਼ਰੂਰ ਗੱਲਬਾਤ ਤੁਸੀਂ ਕਿਹਾ ਵੀ ਜਦੋਂ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਉਹਦੇ ਕਰੈਕਟਰਸ ਦਾ ਨਾਮ ਵੀ ਨਹੀਂ ਲਿਖੇ ਹੋਏ ਸੀ ਏ ਬੀ ਸੀ ਲਿਖਿਆ ਹੋਇਆ ਸੀ ਔਰ ਇੱਕ ਟੈਂਪਰੇਰੀ ਨੇਮ ਸੀਗਾ ਸੋ ਰੇਂਜ ਰੋਡ ਪਹਿਲੇ 'ਤੇ 290 ਆਈ ਮੀਨ ਇਹਦਾ ਐਗਜੈਕਟ ਮੀਨਿੰਗ ਉਹਨਾਂ ਲਈ ਜਿਹਨਾਂ ਵਿਚਾਰਿਆਂ ਨੂੰ ਕੈਨੇਡਾ ਦੇ ਸੁਪਨੇ ਤਾਂ ਲੈਂਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਗਾ ਸਟੋਰੀ ਉਦੋਂ ਪੂਰੀ ਹੁੰਦੀ ਜਦੋਂ ਤੁਹਾਨੂੰ ਉਹਦਾ ਕਲਾਈਮੈਕਸ ਦਿਖ ਜਾਂਦਾ ਹੈਗਾ ਕਿ ਅੱਛਾ ਵੀ ਇਹ ਸਭ ਕੁਝ ਹੋਇਆ ਐਂਡ ਦੈਨ ਇੱਥੇ ਆਈ ਖਤਮ ਹੋਈ ਉਹ ਤੇ ਜਿੱਥੇ ਮੈਂ ਖੜਾ ਸੀ ਉਹ ਮੈਂ ਸੜਕ ਦੇ ਕਿਨਾਰੇ 'ਤੇ ਗੱਡੀ ਰੋਕ ਕੇ ਖੜਾ ਸੀ ਅਤੇ ਉੱਥੇ ਉਹ ਚੁਰਾਹਾ ਸੀ ਅਤੇ ਉੱਥੇ ਲਿਖਿਆ ਸੀ ਰੇਂਜ ਰੋਡ 290 ਔਰ ਉਹ ਕਈ ਵਾਰੀ ਲੋਕੇਸ਼ਨ ਹੁੰਦੀ ਹੈ ਜਿਹੜੀ ਤੁਹਾਨੂੰ ਡਿਕਟੇਟ ਕਰਦੀ ਆ ਕਿ ਇੱਥੇ ਖਤਮ ਕਰ ਜਾਂ ਫਿਰ ਇਹਨੂੰ ਇਸ ਦੇ ਅਰਾਊਂਡ ਖਤਮ ਕਰ ਰਿਹਾ ਇਹ ਮੈਂ ਜੋ ਲੋਕੇਸ਼ਨ ਹੈ ਉਹ ਇੱਕ ਕਰੈਕਟਰ ਦੇ ਤੌਰ 'ਤੇ ਬਹੁਤ ਇੰਪੋਰਟੈਂਟ ਹੁੰਦੀ ਕਿਉਂਕਿ ਤਾਂ ਕਰੈਕਟਰਸ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਸੋ ਜਦੋਂ ਉਹ ਡਿਸਾਈਡ ਹੋ ਗਿਆ ਮੇਰਾ ਕਿ ਇਹ ਕਰਨੇ ਤਾਂ ਮੈਂ ਇੱਕ ਟੈਂਪਰੇਰੀ ਨਾਮ ਉਹਦਾ ਰੱਖ ਦਿੱਤਾ ਕਿ ਰੇਂਜ ਰੋਡ 290 ਮੇਰਾ ਵਰਕਿੰਗ ਟਾਈਟਲ ਆ ਸੋ ਹੁਣ ਪੰਜਾਬੀ ਸਿਨੇਮੇ ਦੀ ਜੇਕਰ ਗੱਲ ਕਰੀਏ ਹੁਣ ਸਤਿੰਦਰ ਕਸਵਾਨਾ ਦੇ ਨਾਮ 'ਤੇ ਸਾਨੂੰ ਐਕਟਰ ਮਿਲਣਗੇ ਰਾਈਟਰ ਮਿਲਣਗੇ ਜਾਂ ਡਾਇਰੈਕਟਰ ਮਿਲਣਗੇ ਜਾਂ ਸਭ ਤੋਂ ਪਹਿਲੇ ਪ੍ਰਾਇਓਰਟੀ 'ਤੇ ਕੀ ਮਤਲਬ ਕਿਸ ਤਰੀਕੇ ਦੇ ਨਾਲ ਇਸ ਨਾਮ ਦੀ ਐਂਟਰੀ ਹੋਣ ਵਾਲੀ ਹੈ ਇਹ ਤਾਂ ਮੈਨੂੰ ਲੱਗਦਾ ਦਰਸ਼ਕਾਂ 'ਤੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਮੈਂ ਤਾਂ ਜਿਵੇਂ ਕਹਿ ਲਓ ਵੀ ਸਾਰਾ ਕੁਛ ਹੀ ਬਸਤਾ ਲੈ ਕੇ ਆ ਗਿਆ ਵੀ ਇਹਦੇ 'ਚ ਵੀ ਜਿਹੜਾ ਅੰਦਾਜ਼ ਆਪਣਾ ਆਪਣਾ ਤਾਂ ਤੇਜਾ ਡਾਇਲੋਗ ਆ ਕਿ ਅੰਡੇ ਵੀ ਮੇਰੇ ਔਰ ਬ੍ਰੈਡ ਵੀ ਮੇਰੀ ਅੰਡੇ ਦਾ ਰਾਜਾ ਔਰ ਆਮਲੇਟ ਦਾ ਬਾਦਸ਼ਾਹ ਸੋ ਹਜੇ ਤਾਂ ਮੈਨੂੰ ਉੱਦਾਂ ਹੀ ਲੱਗ ਰਿਹਾ ਕਿ ਕਾਫੀ ਸਾਰੇ ਰੋਲ ਇਹ 'ਚ ਪਲੇ ਕੀਤੇ ਆ ਪਰ ਫਿਊਚਰ ਦੇ ਵਿੱਚ ਮੈਂ ਐਕਟਿੰਗ ਨੂੰ ਜ਼ਿਆਦਾ ਐਕਸਪਲੋਰ ਕਰਨਾ ਚਾਹੂੰਗਾ ਕਿਉਂਕਿ ਮੈਂ ਆਮ ਏ ਟ੍ਰੇਨਡ ਐਕਟਰ ਮੈਂ ਐਕਟਿੰਗ ਸਿੱਖੀ ਕਿਉਂਕਿ ਮੈਨੂੰ ਸੀਗਾ ਸੋ ਉਸ ਪ੍ਰੋਸੈਸ ਦੇ ਦੌਰਾਨ ਮੈਂ ਖੁਦ ਵੀ ਜਿੱਦਾਂ ਬੜਾ ਵਧੀਆ ਐਕਟਿੰਗ ਦਾ ਮੈਨੂੰ ਪਿਆਰ ਜਿਹਾ ਵੀ ਹੋ ਗਿਆ ਚਲੋ ਇਸ ਫਿਲਮ ਦੇ ਦੌਰਾਨ ਮੈਂ ਕਰਨੀ ਤਾਂ ਨਹੀਂ ਚਾਹੁੰਦਾ ਸੀ ਐਕਟਿੰਗ ਜਿਹੜਾ ਵਿਲਨ ਦਾ ਰੋਲ ਮੈਂ ਪਲੇ ਕੀਤਾ ਪਰ ਅਗੇਨ ਕੋਈ ਹੋਰ ਆ ਨਹੀਂ ਸਕਦਾ ਸੀ ਇੰਡੀਆ ਤੋਂ ਤਾਂ ਮੈਨੂੰ ਸੀਗਾ ਚਲ ਠੀਕ ਹੈ ਮੈਂ ਹੀ ਕਰ ਲੈਂਦਾ ਉਹ ਵਧੀਆ ਰਿਹਾ ਲੋਕਾਂ ਨੂੰ ਤਾਰੀਫ ਜਿਹਨਾਂ ਨੇ ਹਜੇ ਤੱਕ ਦੇਖਿਆ ਸਨ ਫੈਸਟੀਵਲ 'ਤੇ ਜਾਂ ਦੋ ਇੱਕ ਦੋ ਪ੍ਰਾਈਵੇਟ ਸਕ੍ਰੀਨਿੰਗ ਉਹਨਾਂ ਨੇ ਸੁਣਾਇਆ ਕਿ ਉਹ ਪੰਜਾਬ ਦੀਆਂ ਨੇ ਜਾਂ ਉਹ ਵੀ ਪੰਜਾਬੀਆਂ ਲਈ ਨੇ ਜਾਂ ਪਿੰਡਾਂ ਦਾ ਸਰਕਾਰੀ ਸਕੂਲਾਂ ਦਾ ਪੜ੍ਹਿਆ ਹੋਇਆ ਉਹਨਾਂ ਤਾਂ ਉਹ ਕਲ ਉਹ ਇੱਕ ਜਿਹੜੀ ਚੀਜ਼ ਹੈਗੀ ਆ ਆਪਦੇ ਕਿਉਂਕਿ ਸਟੋਰੀ ਤਾਂ ਕੋਈ ਪਿਆਰ ਮੁਹੱਬਤ ਦੀ ਸਟੋਰੀ ਸੀ ਪੈਰਿਸ 'ਚ ਵੀ ਦੋ ਬੰਦੇ ਆਪਸ ਨੂੰ ਮਿਲਦੇ ਨੇ ਪਿਆਰ ਹੋ ਜਾਂਦਾ ਉਹਨਾਂ ਨੂੰ ਅਤੇ ਉਹ ਜੋ ਪਿੰਡ 'ਚ ਵੀ ਹੋਣਗੇ ਦੋ ਮਿਲਦੇ ਪਿਆਰ ਦਾ ਪਿਆਰ ਆ ਪਰ ਉਹਦਾ ਕਲਚਰਲ ਕੰਟੈਕਸਟ ਕੀ ਆ ਉਹਦੇ ਕਲਚਰਲ ਨਿਊਐਂਸਿਸ ਕੀ ਹੈਗੇ ਨੇ ਉਹ ਜਿਹੜਾ ਬੰਦਾ ਪੰਜਾਬ 'ਚ ਪੈਦਾ ਹੋਇਆ ਉਹ ਜ਼ਿਆਦਾ ਬੈਟਰ ਮੈਂ ਦਿਖਾ ਸਕਦਾ ਸੋ ਮੈਨੂੰ ਲੱਗਦਾ ਮੈਂ ਪੰਜਾਬੀ 'ਚ ਅੱਗੇ ਜ਼ਿਆਦਾਤਰ ਕੰਮ ਪੰਜਾਬੀ 'ਚ ਕਰੂੰਗਾ ਜਦੋਂ ਪੰਜਾਬ ਦੇ ਹਾਲਾਤ ਅਣਸੁਖਾਵੇਂ ਸੀਗੇ ਉਦੋਂ ਸਾਡੇ ਪਿੰਡਾਂ 'ਚ ਸਕੂਲ ਨਹੀਂ ਖੁੱਲ੍ਹਦੇ ਸੀਗੇ ਫਿਰੋਜ਼ਪੁਰ ਡਿਸਟ੍ਰਿਕਟ ਗੁਰਦਾਸਪੁਰ ਅੰਮ੍ਰਿਤਸਰ ਇੱਕ ਕਾਫੀ ਮਿਲੀਟੈਂਸੀ ਪ੍ਰੋਨ ਏਰੀਆ ਸੀਗੇ ਸੋ ਆਰਮੀ ਮਿਲੀਟੈਂਸੀ ਸੋ ਅਨਨੋਰਮਲ ਬੰਦੇ ਦਾ ਤਾਂ ਜਦੋਂ ਸਕੂਲ ਨਹੀਂ ਖੁੱਲ੍ਹਣੇ ਅਤੇ ਸਾਡੇ ਜਿਹੜੇ ਘਰਦੇ ਸੀਗੇ ਉਹ ਪੜ੍ਹਾਈ ਨੂੰ ਲੈ ਕੇ ਕਾਫੀ ਸੀਰੀਅਸ ਸੀਗੇ ਤਾਂ ਉਹਨਾਂ ਨੇ ਡਿਸਾਈਡ ਕੀਤਾ ਕਿ ਸਾਡਾ ਇੱਕ ਘਰ ਸੀਗਾ ਮੋਗੇ 'ਚ ਪਹਿਲਾਂ ਉਹ ਰੈਂਟ 'ਤੇ ਦਿੱਤਾ ਹੁੰਦਾ ਉਹ ਫਿਰ ਸਾਡੇ ਬਾਪੂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਲੈ ਕੇ ਉੱਥੇ ਚਲੇ ਜਾਓ ਕਿਉਂਕਿ ਉੱਥੇ ਸਕੂਲਾਂ 'ਚ ਇੰਨੀ ਪੜ੍ਹਾਈ ਇਫੈਕਟ ਨਾ ਹੋਵੇ ਸੋ ਉਹਨੇ ਛੇਵੀਂ ਕਲਾਸ ਤੋਂ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਅਤੇ ਉੱਥੇ ਪੜ੍ਹਿਆ ਪੰਜਾਬ ਅਤੇ ਪੰਜਾਬੀ ਦੇਖ ਲਓ ਜ਼ਿੰਦਗੀ ਇੱਕੋ ਜਿਹੀ ਹੁੰਦੀ ਹੈ ਪਰ ਮਾਈਗ੍ਰੇਟ ਕਰਨ ਨਾਲ ਹੀ ਕਿੰਨੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਸਾਡੇ ਇੱਥੇ ਜੀ ਟੀ ਰੋਡ ਹੁੰਦਾ ਲਿੰਕ ਰੋਡ ਹੁੰਦਾ ਅਤੇ ਕੈਨੇਡਾ ਦੇ ਵਿੱਚ ਕੀ ਹੁੰਦਾ ਆਈ ਮੀਨ ਕੈਨੇਡਾ ਦੇ ਵਿੱਚ ਕੀ ਹੁੰਦਾ ਰੇਂਜ ਰੋਡ ਲੇਕਿਨ ਕਿਸ ਤਰ੍ਹਾਂ ਇਸ਼ੂਜ਼ ਚੇਂਜ ਹੁੰਦੇ ਨੇ ਕਿਸ ਤਰ੍ਹਾਂ ਲਾਈਫ ਸਟਾਈਲ ਚੇਂਜ ਹੋ ਜਾਂਦਾ ਹੈ ਕਿਸ ਤਰ੍ਹਾਂ ਕਿੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਪਰ ਉਸਦੇ ਬਾਵਜੂਦ ਵੀ ਜ਼ਿੰਦਗੀ ਦੇ ਜਿਹੜੇ ਜਜ਼ਬਾਤ ਨੇ ਨਾ ਉਹ ਨਾਲ ਹੀ ਟਿਕੇ ਰਹਿੰਦੇ ਨੇ ਸੋ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਆਹ ਗੱਲ ਕਿਉਂ ਕਰ ਰਹੀ ਹਾਂ ਇਹ ਤਾਂ ਕਰ ਰਹੀ ਹਾਂ ਕਿਉਂਕਿ ਇਹ ਬਹੁਤ ਹੀ ਵੱਖਰਾ ਜਿਹਾ ਕੌਨਸੈਪਟ ਹੈ ਜਿਹੜਾ ਉਹ ਘੜਿਆ ਗਿਆ ਨਵੀਂ ਫਿਲਮ ਰੇਂਜ ਰੋਡ 290 ਦੇ ਵਿੱਚ ਹੁਣ ਫਿਲਮ ਕੌਣ ਲੈ ਕੇ ਆ ਰਹੇ ਨੇ ਅਤੇ ਇਸ ਦੇ ਪਿੱਛੇ ਕਿੰਨੀ ਲੰਬੀ ਸਟੋਰੀ ਹੈ ਕਿੰਨਾ ਲੰਬਾ ਸਟਰਗਲ ਹੈ ਇਸ ਦੇ ਬਾਰੇ ਗੱਲਬਾਤ ਕਰਾਂਗੇ ਸੋ ਬਹੁਤ ਬਹੁਤ ਸਵਾਗਤ ਕਰਨਾ ਚਾਹਾਂਗੇ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ
ਤੇ ਰੇਂਜ ਰੋਡ ਦੀ ਗੱਲ ਕਰੀਏ, ਪਹਿਲਾਂ ਤਾਂ ਇਹ ਦੱਸੋ ਵੀ ਬਿਨਾਂ ਸ਼ੱਕ ਤੋਂ ਤੁਸੀਂ ਰਹਿੰਦੇ ਹੋ ਕੈਨੇਡਾ ਦੇ ਵਿੱਚ, ਪਹਿਲਾਂ ਪੰਜਾਬ ਹੀ ਸੀ, ਜੀ ਟੀ ਰੋਡ ਤੇ ਲਿੰਕ ਰੋਡ ਆਪ ਕਿੰਨੇ ਗਏ ਆ ਇੱਥੇ? ਇੱਥੇ ਤਾਂ ਸਾਰੇ ਪਹਿਲਾਂ ਹੀ ਕੰਮ ਕੀਤੇ ਐਂਡ ਐਵਰੀਬਡੀ ਆਈ ਥਿੰਕ ਗੋਸ ਥਰੂ ਦ ਸੇਮ ਪ੍ਰੋਸੈਸ। ਜੀ ਜੀ। ਸੋ ਇੱਥੇ ਪੰਜਾਬ 'ਚ ਪਹਿਲਾਂ ਡਿਪਲੋਮਾ ਕੀਤਾ ਸੀ ਮੁਕਤਸਰ, ਉੱਥੋਂ ਦੇ ਰੋਡ ਗਏ, ਫਿਰ ਇੰਜੀਨੀਅਰਿੰਗ ਕੀਤੀ ਮਹਾਰਾਸ਼ਟਰ 'ਚੋਂ, ਫਿਰ ਉੱਧਰ ਦੇ ਗਏ, ਫਿਰ 6 ਮਹੀਨੇ ਮਦਰਾਸ ਆਈ ਟੀ ਦੀ ਜੋਬ ਕੀਤੀ, ਉੱਥੋਂ ਦੇ ਗਏ, ਫਿਰ ਪੂਨੇ 'ਚ 2 ਸਾਲ ਰਹੇ ਉੱਥੋਂ ਦੇ, ਫਿਰ ਉਦੋਂ ਬਾਅਦ ਜ਼ਿਊਰਿਕ ਦੇ ਸਵਿਟਜ਼ਰਲੈਂਡ ਦੇ। ਸੋ ਰੋਡ ਤਾਂ ਗਏ, ਹਜੇ ਵੀ ਰੋਡ ਹੀ ਚੱਲ ਰਹੇ, ਮਤਲਬ ਦੁਨੀਆ ਅੱਧੀ ਗਾਹ ਲਈ ਹੈ। ਤੇ ਮੈਨੂੰ ਇੱਕ ਗੱਲ ਦੱਸੋ, ਇੰਜੀਨੀਅਰਿੰਗ ਕੀਤੀ ਫਿਰ ਆਈ ਟੀ, ਹੁਣ ਸਿੱਧੀ ਫਿਲਮ ਲਾਈਨ ਦੇ ਵਿੱਚ ਤੁਸੀਂ ਆ ਗਏ ਹੋ? ਨਹੀਂ, ਸਿੱਧਾ ਨਹੀਂ ਆਇਆ। ਅੱਛਾ, ਕਾਈਂਡ ਆਫ ਇੱਕ ਜਰਨੀ ਹੈ। ਹਾਂਜੀ ਹਾਂਜੀ, ਕਾਫੀ ਚੈਲੰਜਿੰਗ ਸੀਗਾ ਕਿਉਂਕਿ ਇੰਡੀਅਨ ਸਾਡੀ ਫੈਮਿਲੀ ਦੇ ਵਿੱਚ, ਸਪੈਸ਼ਲੀ ਮਿਡਲ ਕਲਾਸ ਫੈਮਿਲੀ ਦੇ ਵਿੱਚ, ਐਜੂਕੇਸ਼ਨ ਨੂੰ ਐਜੂਕੇਸ਼ਨ ਦੇ ਨਜ਼ਰੀਏ ਤੋਂ ਨਹੀਂ ਦਿੱਤਾ ਜਾਂਦਾ, ਇਸ ਨਜ਼ਰੀਏ ਦਿੱਤਾ ਜਾਂਦਾ ਕਿ ਐਟਲੀਸਟ ਤੁਹਾਡੇ ਕੋਲ ਕੋਈ ਸਿਕਿਉਰਿਟੀ ਹੋਵੇਗੀ, ਤੁਹਾਨੂੰ ਨੌਕਰੀ ਮਿਲ ਜਾਵੇ, ਉਸ ਤੋਂ ਬਾਅਦ ਮਹੀਨੇ ਦੇ ਮਹੀਨੇ ਤਨਖਾਹ ਤੁਹਾਡੀ ਆਉਂਦੀ ਰਹੇ, ਐਂਡ ਦੈਟਸ ਵਾਟ ਪੇਰੈਂਟਸ ਥਿੰਕ, ਰਾਈਟ? ਅਤੇ ਉਹ ਮੇਰੇ ਕੋਲ ਜਿਵੇਂ ਬੜੀ ਯੰਗ ਏਜ ਦੇ ਵਿੱਚ ਹੀ, ਆਈ ਵਾਜ਼ ਅ ਵੈਰੀ ਗੁੱਡ ਸਟੂਡੈਂਟ, ਵਨ ਆਫ ਦ ਟੋਪ, ਆਈ ਗੋਟ ਅ ਵੈਰੀ ਗੁੱਡ ਜੋਬ, ਹੈ ਨਾ? ਅਤੇ ਉਹਨਾਂ ਨੇ ਮੈਨੂੰ ਸਵਿਟਜ਼ਰਲੈਂਡ ਵੀ ਭੇਜਤਾ। ਪਰ ਇੱਕ ਹੁੰਦਾ ਕਿ ਜੋ ਤੁਸੀਂ ਚੀਜ਼ ਨੂੰ ਕਿਸੇ ਨੂੰ ਬਹੁਤ ਜਲਦੀ ਅਚੀਵ ਕਰ ਲੈਂਦੇ ਹੋ, ਐਂਡ ਦੈਨ ਤੁਹਾਨੂੰ ਹੌਲੀ ਹੌਲੀ ਉਹਦੀ ਫਿਊਟੈਲਿਟੀ ਜਾਂ ਉਹਦੀ ਜਿਵੇਂ ਕਿ ਨੀਰਸਤਾ ਵੀ ਨਜ਼ਰ ਆਉਣ ਲੱਗ ਜਾਂਦੀ ਹੈ। ਸੋ ਮੈਨੂੰ ਐਂ ਲੱਗਿਆ ਕਿ ਜਿਹੜੇ ਮੇਰੇ ਨਾਲ ਦੇ ਹੈਗੇ ਨੇ ਆਈ ਟੀ ਦੇ ਵਿੱਚ, ਉਹ 100 ਦੇ ਵਿੱਚੋਂ 2 ਜਾਣੇ ਇਹੋ ਜਿਹੇ ਸੀ ਜਿਹੜੇ ਬਹੁਤ ਪੈਸ਼ਨੇਟ ਸੀਗੇ ਆਈ ਟੀ ਦੇ ਲਈ, ਬਾਕੀ 98 ਮੇਰੇ ਵਰਗੇ ਸੀ ਜਿਹੜੇ ਗੁੱਡ ਟੂ ਬੀ ਦੇਅਰ ਕਰ ਲੈਂਦੇ ਸੀ। ਸੋ ਪਤਾ ਨਹੀਂ ਕੀ ਆਇਆ, ਮੈਂ ਉਹ ਜੋਬ ਛੱਡ ਕੇ ਮਾਸਟਰਸ ਕਰਨ ਆ ਗਿਆ। ਸੋ ਮਾਸਟਰ ਵੀ ਫਿਰ ਬਾਅਦ ਡਰੋਪ ਕਰਤੀ ਕੈਨੇਡਾ ਦੇ ਵਿੱਚ, ਫਿਰ ਪਰਫੋਰਮੈਂਸ ਆਰਟਸ ਦੇ ਕੋਰਸਿਸ ਕੀਤੇ, ਸੋ ਔਰ ਜੋਬਸ ਵੀ ਕੀਤੀਆਂ, ਗ੍ਰਾਫਿਕ ਡਿਜ਼ਾਈਨਰ ਵੀ ਰਿਹਾ ਥੋੜ੍ਹੀ ਦੇਰ ਲਈ। ਆਈ ਟਰਾਈਡ ਟੂ ਡੂ ਐਵਰੀਥਿੰਗ ਦੈਟ ਕੁਡ, ਯੂ ਨੋ, ਜਿਹੜਾ ਤੁਹਾਨੂੰ ਇੰਟਰਸਟ ਲੱਗੇ ਕਿ ਹਾਂ ਯਾਰ ਕੰਮ ਤਾਂ ਕਰਨਾ, ਪੈਸੇ ਤਾਂ ਸਾਰੇ ਕਮਾ ਲੈਂਦੇ, ਪਰ ਥੋੜ੍ਹਾ ਜਿਹਾ ਕੁਛ ਇੰਟਰਸਟਿੰਗ ਕਰੀਏ। ਸੋ ਕਾਫੀ ਲੰਬੀ ਜਰਨੀ ਸੀ ਇੱਕ ਪ੍ਰੋਫੈਸ਼ਨ ਤੋਂ ਦੂਸਰੇ ਪ੍ਰੋਫੈਸ਼ਨ, ਫਾਈਨਲੀ ਐਜ਼ ਐਨ ਐਡੀਟਰ ਆਈ ਸਟੇਡ ਫੋਰ ਕਪਲ ਆਫ ਈਅਰਸ, ਅਤੇ ਹੁਣ ਫਿਰ ਮਤਲਬ ਜਿਵੇਂ ਕਹਿ ਲਓ ਸਾਰਾ ਜੋ ਸਿੱਖਿਆ ਸੀ ਉਹਨੂੰ ਇੱਕ ਫਿਲਮ ਦੇ ਰੂਪ ਦੇ ਵਿੱਚ ਇਸਤੇਮਾਲ ਹੋਇਆ। ਸੋ ਵਧੀਆ ਜਰਨੀ ਸੀ। ਓਕੇ ਸਤਿੰਦਰ ਜੀ, ਕਦੋਂ ਲੱਗਣ ਲੱਗ ਗਿਆ ਸੀਗਾ ਵੀ ਨਹੀਂ ਇਹ ਚੀਜ਼ਾਂ ਮੇਰੇ ਲਈ ਨਹੀਂ ਬਣੀਆਂ ਜੋ ਮੈਂ ਕਰ ਰਿਹਾ ਐਕਚੁਅਲੀ? ਮੇਰਾ ਜ਼ਿੰਦਗੀ ਦੀ ਚਾਹਤ ਤੇ ਫਿਲਮ ਇੰਡਸਟਰੀ ਹੈ, ਮੈਨੂੰ ਉੱਧਰ ਪਾਸੇ ਰੁੱਖ ਕਰ ਲੈਣਾ ਚਾਹੀਦਾ। ਸਭ ਤੋਂ ਪਹਿਲਾਂ ਮੈਨੂੰ ਲੱਗਿਆ ਕਿ ਜਦੋਂ ਮੈਂ ਇੰਜੀਨੀਅਰਿੰਗ ਦੇ ਦੌਰਾਨ ਵੀ ਕਾਫੀ ਜਿੱਦਾਂ ਭੰਗੜਾ ਹੋ ਗਿਆ, ਨਾਟਕ ਨੂਟਕ ਹੋ ਗਿਆ, ਇਹਨਾਂ 'ਚ ਕਾਫੀ ਇਨਵੋਲਵ ਹੁੰਦੇ ਸੀਗੇ, ਪਰ ਉਦੋਂ ਕੋਈ ਇਹਨੂੰ ਇਹ ਪ੍ਰੋਫੈਸ਼ਨ ਦੇ ਤੌਰ 'ਤੇ ਨਹੀਂ ਸੋਚਦਾ। ਅਗਲਾ ਕਹਿੰਦਾ ਹਾਂ ਠੀਕ ਹੈ, 4 ਕੁ ਦਿਨ ਕਾਲਜ ਦਾ ਫੰਕਸ਼ਨ ਹੁੰਦਾ, ਸਾਲ ਦੇ ਵਿੱਚ ਤੁਸੀਂ ਹਫ਼ਤਾ ਕੁ ਦੀ ਰਿਹਰਸਲ ਕਰਦੇ ਹੋ, ਵਧੀਆ ਹੋ ਜਾਂਦਾ ਸਾਰਾ ਕੁਝ, ਬੜਾ ਉਹ ਵਨ ਆਫ ਦਾ ਮੋਸਟ ਇੰਗੇਜਿੰਗ ਐਕਟੀਵਿਟੀਜ਼ ਹੁੰਦੀਆਂ ਨੇ, ਪਰ ਉਹਨੂੰ ਪ੍ਰੋਫੈਸ਼ਨਲ ਤੌਰ 'ਤੇ ਨਹੀਂ ਸੋਚਦੇ। ਫਿਰ ਜਦੋਂ ਮੈਂ ਪੂਨੇ ਜੋਬ ਕਰਦਾ ਸੀਗਾ, ਤਾਂ ਉਦੋਂ ਮੇਰੇ ਨਾਲ ਕੁਝ ਮਾਸ ਕਮਿਊਨੀਕੇਸ਼ਨ ਦੇ ਸਟੂਡੈਂਟ ਰਹਿੰਦੇ ਸੀਗੇ, ਉਹ ਆਪਦੀਆਂ ਜਿਹੜੀਆਂ ਸਟੂਡੈਂਟ ਫਿਲਮਸ ਬਣਾਉਂਦੇ ਸੀ ਸ਼ਾਰਟ, ਅਤੇ ਉਹਨਾਂ ਨਾਲ ਮੈਂ ਐਸੋਸੀਏਟ ਕਰਦਾ ਸੀਗਾ, ਪਰ ਮਦਦ ਕਰਨ ਦੇ ਲਈ, ਚਾਹ ਕੌਫੀ ਚਾਹੀਦੀ ਕਿਸੇ ਨੂੰ ਫੜਾ ਦੂੰਗਾ, ਲਾਈਟਾਂ ਲੂਟਾਂ ਲਵਾ ਦੂੰਗਾ, ਲੱਗਦਾ ਸੀਗਾ ਕਿ ਕੁਛ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਬੜਾ ਪੈਸ਼ਨੇਟ ਜਿਹਾ ਮਾਹੌਲ ਹੁੰਦਾ ਸੀ ਉਹਨਾਂ ਦਾ। ਉਦੋਂ ਥੋੜ੍ਹਾ ਜਿਹਾ ਲੱਗਿਆ ਸੀ ਸ਼ਾਇਦ ਮੈਂ ਕਰਾਂ, ਪਰ ਫਿਰ ਉਹ ਇੰਡੀਅਨ ਕੰਟੈਕਸਟ ਦੇ ਵਿੱਚ ਆਪਾਂ ਨੂੰ ਜਿਹੜੀ ਜੋਬ 'ਚ ਲੱਗ ਜਾਂਦੇ ਹਾਂ, ਸਾਡਾ ਪਹਿਚਾਣ ਹੀ ਉਹ ਬਣ ਜਾਂਦੀ ਹੈ, ਉਹ ਛੱਡਣੀ ਬਹੁਤ ਮੁਸ਼ਕਿਲ ਹੁੰਦੀ ਹੈ। ਉੱਥੇ ਨਹੀਂ ਗੱਲ ਬਣੀ, ਉੱਥੋਂ ਤੱਕ ਮੈਂ ਨਹੀਂ ਪਹੁੰਚਿਆ, ਮੈਂ ਛੱਡ ਦਿੰਦਾ। ਫਿਰ ਸਵਿਟਜ਼ਰਲੈਂਡ ਗਿਆ, ਤਾਂ ਸਵਿਟਜ਼ਰਲੈਂਡ ਦੇ ਵਿੱਚ ਪੈਸਾ ਔਰ ਸਭ ਕੁਛ ਕਾਫੀ ਅੱਛਾ ਸੀ, ਪਰ ਉੱਥੇ ਜਾ ਕੇ ਜਿਵੇਂ ਮੈਂ ਕਿਹਾ ਕਿ ਜਦੋਂ ਮੈਂ ਦੇਖਿਆ ਕਿ ਆਸੇ ਪਾਸੇ ਮੈਨੂੰ ਉਹ ਪੈਸ਼ਨੇਟ ਲੋਕ ਨਹੀਂ ਲੱਗੇ ਆਪਦੇ ਪ੍ਰੋਫੈਸ਼ਨ ਦੇ ਪ੍ਰਤੀ, ਅਤੇ ਫਿਰ ਮੈਨੂੰ ਲੱਗਿਆ ਕਿ ਮਤਲਬ ਇਹ ਤਾਂ ਇਹ ਜਿਹੜੀ ਚੀਜ਼ ਦੇ ਲਈ ਆਏ ਤਾਂ ਇੰਨੀ ਭੱਜ ਦੌੜ ਵੀ, ਅਤੇ ਇੰਨੇ ਮਤਲਬ ਐਡੀਆਂ ਕਿਤਾਬਾਂ ਪੜ੍ਹੀਆਂ ਸੀਗੀਆਂ, ਉਹ ਜ਼ਿੰਦਗੀ 'ਚ ਕੋਈ ਫਨ ਤਾਂ ਆ ਨਹੀਂ ਰਿਹਾ ਜਾਂਦਾ। ਸੋ ਉਦੋਂ ਲੱਗਿਆ ਕਿ ਇਹ ਤਾਂ ਪਹਿਲਾਂ ਛੱਡਣਾ ਚਾਹੀਦਾ, ਕਰਨਾ ਕੀ ਉਹ ਬਾਅਦ 'ਚ ਸੋਚਾਂਗੇ। ਸੋ ਦੈਟਸ ਇਟ। ਓਕੇ, ਸੋ ਆਪਾਂ ਫ੍ਰੈਂਚ ਸ਼ਾਰਟ ਫਿਲਮਸ ਦੀ ਗੱਲ ਕਰੀਏ ਜਾਂ ਹੁਣ ਇਹ ਫੁੱਲ ਫਲੈਸ਼ਡ ਪੰਜਾਬੀ ਫਿਲਮ ਦੀ ਗੱਲ ਕਰੀਏ, ਸੋ ਇਹ ਤੁਸੀਂ ਕਿਹਾ ਵੀ ਉੱਧਰ ਕੁਛ 2% ਸੀ ਜਿਹਨਾਂ ਅੰਦਰ ਇੱਕ ਜਨੂਨ ਦੇਖਿਆ ਜਾਂਦਾ ਸੀਗਾ, ਇਹ ਵਾਲਾ ਜਨੂਨ ਤੁਹਾਡੇ ਅੰਦਰ ਜਦੋਂ ਆਇਆ, ਫਸਟ ਸਟੈਪ ਕੀ ਸੀ ਤੁਹਾਡੀ ਲਾਈਫ ਦਾ? ਤੁਸੀਂ ਡਿਸਕਸ ਕੀਤਾ ਕਿਸੇ ਨਾਲ ਜਾਂ ਜਸਟ ਜਦ ਸਟਾਰਟ ਕਰਦੇ ਹਾਂ? ਵੇਖਦੇ ਹਾਂ, ਮੈਂ ਸੇਂਟ ਜੋਨਸ ਰਹਿੰਦਾ ਸੀ, ਮੈਮੋਰੀਅਲ ਯੂਨੀਵਰਸਿਟੀ ਦੇ ਵਿੱਚ ਮੈਨੂੰ ਸਕਾਲਰਸ਼ਿਪ ਸੀ ਮੇਰੇ ਕੋਲ ਮਾਸਟਰ ਦੀ, ਅਤੇ ਉੱਥੇ ਉਹ ਜਿਹੜਾ ਨਿਊਫਲੈਂਡ ਇੱਕ ਆਈਲੈਂਡ ਆ ਕੈਨੇਡਾ ਦੇ ਈਸਟ ਦੇ ਵਿੱਚ, ਜਿੱਥੋਂ ਟਾਈਟੈਨਿਕ ਉੱਥੋਂ ਥੋੜ੍ਹੀ ਦੇਰ ਡੁੱਬਿਆ ਸੀਗਾ, ਸੋ ਈਸਟਰਲੀ ਪ੍ਰੋਵਿੰਸ ਆ, ਬਹੁਤ ਸਾਰੇ ਕੈਨੇਡੀਅਨ ਵੀ ਨਹੀਂ ਉੱਥੇ ਜਾਂਦੇ, ਬਿਕੋਜ਼ ਬਾਏ ਰੋਡ ਕਨੈਕਟਡ ਨਹੀਂ ਹੈਗਾ, ਉਹ ਆਈਲੈਂਡ ਆ, ਤੁਹਾਨੂੰ ਫਲਾਈਟ ਹੀ ਲੈਣੀ ਪੈਂਦੀ ਜਿੱਥੇ ਜਾਣ ਲਈ, ਹੋਰ ਦੀ ਆਬਾਦੀ ਬਹੁਤ ਥੋੜ੍ਹੀ ਆ। ਸੇਂਟ ਜੋਨ ਜਿਹੜਾ ਉੱਥੋਂ ਦਾ ਸ਼ਹਿਰ ਆ ਛੋਟਾ ਜਿਹਾ, ਉੱਥੇ ਯੂਨੀਵਰਸਿਟੀ ਜਿੱਥੇ ਮੈਂ ਪੜ੍ਹਦਾ ਸੀ, ਤਾਂ ਉੱਥੇ ਇੱਕ ਰਿਪਬਲਿਕ ਆਫ ਡੋਇਲ ਕਰਕੇ CBC ਦੀ ਸੀਰੀਜ਼ ਸ਼ੂਟ ਹੁੰਦੀ ਸੀ,
ਤੇ ਉਹਨਾਂ ਨੂੰ ਐਕਸਟਰਾ ਚਾਹੀਦੇ ਸੀ ਇੱਕ ਵਾਰੀ ਉਹਨਾਂ ਦੇ ਪਿੱਛੇ ਖੜੇ ਹੋਣ ਦੇ ਲਈ ਜਿਹੜੇ ਕਿ ਇੰਟਰਨੈਸ਼ਨਲ ਲੱਗਣ ਤੇ ਮੈਂ ਪੱਗ ਬੰਨ ਕੇ ਉੱਥੇ ਚਲਾ ਗਿਆ ਤੇ ਉਹਨਾਂ ਨੇ ਮੈਨੂੰ ਸੈਕਿੰਡ ਸੀਜ਼ਨ ਦੇ ਜਮ੍ਹਾਂ ਉਹਦੇ ਪਿੱਛੇ ਜਿੱਥੇ ਸੀਨ ਸੀ ਉਹਦੇ ਮੈਂ ਪਿੱਛੇ ਖੜਾ ਸ਼ੈਂਪੇਨ ਗਲਾਸ ਲੈ ਕੇ ਤੇ ਉਹਨਾਂ ਨੇ ਸਾਰਾ ਦਿਨ ਜਿਹੜੇ ਸ਼ਾਰਟ ਤਾਂ ਦੋ ਲੈਣੇ ਸੀ ਪਰ ਸਾਰਾ ਦਿਨ ਤੁਸੀਂ ਹੁਣ ਆ ਜਾਓ ਖੜੇ ਹੋ ਜਾਓ ਫਿਰ ਉਹ ਗਲਾਸਾਂ 'ਚ ਪਾਉਂਦੇ ਸੀ ਵੀ ਪਾਣੀ ਜਿਹਾ ਜਿਹੜਾ ਪਰ ਉਹ ਬੜਾ ਪੈਸ਼ਨੇਟ ਸੀਗਾ ਤੇ ਮੈਂ ਇੱਕ ਦਿਨ ਉੱਥੇ ਕਰਕੇ ਚਲਾ ਗਿਆ ਨੈਕਸਟ ਡੇ ਮੈਂ ਫਿਰ ਉੱਥੇ ਆ ਗਿਆ ਮੇਰੇ ਕੋਲ ਲੋੜ ਨਹੀਂ ਸੀ ਅਗੇਨ ਮੈਂ ਤਾਰਾਂ ਇਕੱਠੀਆਂ ਕਰਤੀਆਂ ਉਹਨਾਂ ਨੇ ਕੌਫੀ ਦੇਤੀ ਕਿਉਂਕਿ ਉੱਥੇ ਬੜੇ ਲੋਕ ਹੁੰਦੇ ਨੇ ਤਾਂ ਉਹਨਾਂ ਨੇ ਦੋ ਤਿੰਨ ਦਿਨ ਦੇਖਿਆ ਫਿਰ ਉਹ ਬਾਅਦ 'ਚ ਉਹਨਾਂ ਨੇ ਕਿਸੇ ਨੇ ਆ ਕੇ ਪੁੱਛਿਆ ਵੀ ਵੀ ਭਾਈ ਸਾਹਿਬ ਤੁਸੀਂ ਕੌਣ ਵੀ ਤੁਹਾਡਾ ਨਾਮ ਜਾਂ ਕਿਤੇ ਹੈ ਨਹੀਂ ਗਾ ਲਿਸਟ ਉੱਤੇ ਜਿੰਨੇ ਵੀ ਬੰਦੇ ਸਾਡੇ ਕੋਲ ਹੈਗੇ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਮੈਂ ਤਾਂ ਵੈਸੇ ਹੀ ਹੈਲਪ ਕਰਨ ਆ ਗਿਆ ਮਤਲਬ ਮੈਨੂੰ ਵਧੀਆ ਲੱਗ ਰਿਹਾ ਤੇ ਉਹ ਕਹਿੰਦੇ ਵੀ ਇੱਦਾਂ ਨਹੀਂ ਕਰ ਸਕਦਾ ਤੂੰ ਜੇ ਕੋਈ ਤੈਨੂੰ ਸੱਟ ਲੱਗ ਗਈ ਤੂੰ ਤਾਂ ਇੰਸ਼ੋਰੈਂਸ ਦੀ ਲਾਇਬਿਲਿਟੀ ਹੋ ਜੂ ਸਾਡੇ ਦੇ ਜ਼ੂ ਹੋ ਜਾਏਗਾ ਨਾ ਵੀ ਇਸ ਤਰ੍ਹਾਂ ਪਰ ਫਿਰ ਜਿਹੜਾ ਐਲਨ ਹਾਕੂ ਜਿਹੜਾ ਮੇਨ ਉਹ ਸੀਗਾ ਉਹਨੇ ਵਿਚਾਰੇ ਨੇ ਉਹ ਕਹਿੰਦਾ ਵੀ ਨਹੀਂ ਚਲੋ ਇਹਨੂੰ ਪਾ ਦਿਓ ਤੁਸੀਂ ਇਹਨੂੰ ਦੇ ਦਿਆ ਕਰੋ $5 ਦੇਣ ਦੇ ਸੋ ਦੈਟਸ ਹਾਊ ਆਈ ਕਾਈਂਡ ਆਫ ਗੋਟ ਟੂ ਬੀ ਇੰਟਰੋਡਿਊਸਡ ਵਿਦ ਦ ਵਰਲਡ ਆਫ ਸਿਨੇਮਾ ਔਰ ਫਿਲਮ ਮੇਕਿੰਗ ਐਂਡ ਆਈ ਨਿਊ ਦੈਟ ਡੇ ਕਿ ਮਤਲਬ ਪੈਸੇ ਮਿਲਣ ਜਾਂ ਨਾ ਮਿਲਣ ਇਹੀ ਆ ਜਿਹੜਾ ਜਿੱਥੇ ਬੜਾ ਵਧੀਆ ਜਿਹਾ ਲੱਗਦਾ ਪ੍ਰੋਫੈਸ਼ਨਲ ਤੌਰ 'ਤੇ ਤਾਂ ਪਤਾ ਨਹੀਂ ਕੀ ਬਣੂਗਾ ਪਰ ਇੰਟਰਸਟ ਦੇ ਤੌਰ 'ਤੇ ਉਹ ਕਾਫੀ ਕਲੀਅਰ ਇੰਡੀਕੇਸ਼ਨ ਸੀ ਆਈ ਵਾਂਟ ਟੂ ਡੂ ਦਿਸ ਸੋ ਸਾਡੇ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਹਾਂ ਵੈਸੇ ਤੁਹਾਡੀ ਫਿਲਮ ਜਿਹੜੀ ਹੈ ਉਹ ਪੰਜਾਬ ਨਾਲ ਰਿਲੇਟਡ ਤਾਂ ਬਿਲਕੁਲ ਨਹੀਂ ਹੈ ਲੇਕਿਨ ਹਾਂ ਪੰਜਾਬੀ ਜਿਹੜੇ ਮਾਈਗ੍ਰੇਟ ਹੋ ਕੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਤੋਂ ਕਿਤੇ ਨਾ ਕਿਤੇ ਪ੍ਰਭਾਵਿਤ ਹੈ ਸਾਡੇ ਸਿਨੇਮਾ ਹੋ ਗਿਆ ਸਾਡੇ ਲੋਕ ਹੋ ਗਏ ਤੁਹਾਡੀ ਫਿਲਮ ਦਾ ਕੋਨਸੈਪਟ ਤਾਂ ਬਹੁਤ ਰਿਸਕੀ ਹੈ ਕਿਉਂਕਿ ਇੱਥੇ ਤਾਂ ਇੱਕ ਟਿਪੀਕਲ ਯੂਨੋ ਰਿਸ਼ਤੇ ਚਾਹੀਦੇ ਨੇ ਭੂਆ ਫੁੱਫੜ ਓਕੇ ਕਿਉਂਕਿ ਆਪਾਂ ਲੋਕ ਇਹ ਮੰਨਦੇ ਕਿ ਅਸੀਂ ਮਾਡਰਨਾਈਜ਼ ਹੋ ਗਏ ਹਾਂ ਅਤੇ ਅਸੀਂ ਪਿਛਲੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਸੋ ਸਾਡੇ ਡਾਇਰੈਕਟਰ ਪ੍ਰੋਡਿਊਸਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਚੀਜ਼ਾਂ ਨੂੰ ਬਾਰ ਬਾਰ ਅੱਗੇ ਲਿਆ ਕੇ ਅੱਜ ਕੱਲ੍ਹ ਦੀ ਯੂਥ ਦੇ ਨਾਲ ਕਨੈਕਟ ਕੀਤਾ ਜਾਵੇ ਤੁਸੀਂ ਬਿਲਕੁਲ ਹੀ ਓਪੋਜ਼ਿਟ ਜਾ ਕੇ ਇੱਕ ਰਿਸਕ ਲਿਆ ਹੈ ਔਰ ਤੁਹਾਡੀ ਫਸਟ ਅਟੈਂਪਟ ਹੈ ਪੰਜਾਬੀ ਫਿਲਮ ਦਾ ਹੈ ਨਾ ਸੋ ਇਹੀ ਕਹਾਣੀ ਕਿਉਂ ਮਤਲਬ ਪਹਿਲੇ ਪੈਸੇ ਪੂਸੇ ਕਮਾ ਲੈਂਦੇ ਇਹੀ ਕਹਾਣੀ ਕਿਉਂ ਇਸ ਕਰਕੇ ਕਿਉਂਕਿ ਮੈਨੂੰ ਲੱਗਦਾ ਕਿ ਕੋਈ ਵੀ ਕਹਾਣੀ ਆ ਜਾਂ ਜਿਹੜਾ ਗੀਤ ਆ ਜਾਂ ਕੋਈ ਵੀ ਚੀਜ਼ ਆ ਉਹ ਤੁਹਾਨੂੰ ਪਹਿਲਾਂ ਇੱਕ ਆਈਡੀਆ ਦੇ ਰੂਪ ਦੇ ਵਿੱਚ ਹੀ ਦਿਮਾਗ 'ਚ ਆਉਂਦੀ ਹੈ 100 ਆਈਡੀਆਜ਼ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਅੱਧਾ ਆਈਡੀਆ ਹੁੰਦਾ ਜਿਹੜਾ ਤੁਹਾਨੂੰ ਕੰਪੈਲ ਕਰਦਾ ਮਜਬੂਰ ਕਰਦਾ ਕਿ ਐਕਸਪਲੋਰ ਮੀ ਸੋ ਤੁਸੀਂ ਉਸ ਆਈਡੀਆ ਨੂੰ ਜੇ ਉਹਦੀ ਫੁੱਲ ਓਨੈਸਟੀ ਦੇ ਨਾਲ ਉਹਨੂੰ ਐਕਸਪਲੋਰ ਕਰੋਗੇ ਤਾਂ ਉਹ ਆਪਣੇ ਆਪ ਆਪਦੀ ਸ਼ੇਪ ਜੀ ਲੈਣੀ ਸ਼ੁਰੂ ਕਰ ਦਿੰਦਾ ਹੈਗਾ ਸੋ ਮੈਨੂੰ ਇਹ ਸੀਗਾ ਕਿ ਜੋ ਆਈਡੀਆ ਨੇ ਮੈਨੂੰ ਕੰਪੈਲ ਕੀਤਾ ਕਹਾਣੀ ਇਹ ਵੀ ਰਿਸ਼ਤਿਆਂ ਦੀ ਹੀ ਹੈ ਫਰੈਂਡਸ਼ਿਪ ਦੀ ਹੈ ਬਿਟਰੇਅਲ ਦੀ ਹੈ ਇਟਸ ਅ ਡਰਾਮਾ ਕ੍ਰਾਈਮ ਬੇਸਡ ਔਨ ਕ੍ਰਾਈਮ ਪਰ ਹਾਂ ਭੂਆ ਫੁੱਫੜਨੀ ਹੈ ਬਿਕੋਜ਼ ਕੈਨੇਡਾ ਦੇ ਵਿੱਚ ਮੈਨੂੰ ਸੀਗਾ ਕਿ ਜਿੱਥੇ ਮੈਂ ਰਹਿੰਦਾ ਉੱਥੋਂ ਦੀ ਸਟੋਰੀ ਕੋਈ ਦੱਸ ਨਹੀਂ ਗਿਆ ਨੋਰਮਲੀ ਕੈਨੇਡਾ ਨੂੰ ਐਜ ਅ ਪ੍ਰੋਪ ਇਸਤੇਮਾਲ ਕੀਤਾ ਜਾਂਦਾ ਫਿਲਮਾਂ ਦੇ ਵਿੱਚ ਉਹ ਸਾਰੀਆਂ ਫੋਰਨ ਲੋਕੇਸ਼ਨ ਨੂੰ ਪ੍ਰੋਪ ਹੀ ਇਸਤੇਮਾਲ ਕੀਤਾ ਜਾਂਦਾ ਕਿ ਸਪੈਸ਼ਲੀ ਇੰਡੀਅਨ ਫਿਲਮਾਂ ਦੇ ਵਿੱਚ ਕਿ ਅਸੀਂ ਉੱਥੇ ਜਾਵਾਂਗੇ ਉੱਥੇ ਅਸੀਂ ਬਿਊਟੀ ਦਿਖਾਵਾਂਗੇ ਉੱਥੇ ਗਾਣੇ ਗੁਣੇ ਗਾਵਾਂਗੇ ਪਰ ਉਹਦਾ ਉਸ ਹਾਂ ਹਾਂ ਮਤਲਬ ਉਹ ਤੁਸੀਂ ਉਸ ਸਟੋਰੀ ਨੂੰ ਕਿਸੇ ਨੂੰ ਕੈਨੇਡਾ 'ਚੋਂ ਕੱਢ ਕੇ ਇੰਗਲੈਂਡ 'ਚ ਵੀ ਰੱਖ ਦਿਓ ਤਾਂ ਕੋਈ ਫਰਕ ਨਹੀਂ ਪਏਗਾ ਸੋ ਮੈਨੂੰ ਇਹ ਸੀਗਾ ਵੀ ਮੈਂ ਇੱਥੋਂ ਦੀ ਕਹਾਣੀ ਜਿਹੜੀ ਇੱਥੇ ਜਿਹੜੀ ਰਿਐਲਿਟੀ 'ਚ ਗਰਾਊਂਡਡ ਹੋਵੇ ਮੈਂ ਉਹ ਲਿਖਣੀ ਚਾਹੁੰਦਾ ਸੀ ਔਰ ਉਹੀ ਮੈਂ ਲਿਖ ਰਿਹਾ ਸੀਗਾ ਸੋ ਉਹ 'ਚ ਰਿਸਕ ਤਾਂ ਸੀ ਪਰ ਫਿਰ ਚੱਕਰ ਆ ਕਿ ਮੈਨੂੰ ਇਸ ਚੀਜ਼ ਦਾ ਬੜਾ ਹੁੰਦਾ ਕਿ ਜਿਹੜਾ ਆਈਡੀਆ ਆਪਦੀ ਸ਼ੇਪ ਜੀ ਲੈ ਚੁੱਕਿਆ ਹੈ ਔਰ ਤੁਹਾਨੂੰ ਕੰਪੈਲ ਕਰ ਰਿਹਾ ਔਰ ਤੁਸੀਂ ਉਸੇ ਆਈਡੀਏ ਨੂੰ ਹੀ ਬੇਸ ਲੈ ਕੇ ਗਾਂ ਆਏ ਸੀਗੇ ਸੋ ਹੁਣ ਉਹਨੂੰ ਲੇਟਰ ਔਨ ਸਟੇਜ ਦੇ ਵਿੱਚ ਡਿਲੀਟ ਨਹੀਂ ਕਰਨਾ ਚਾਹੀਦਾ ਉਹਨੂੰ ਉਹਦੇ 'ਚ ਹੋਰ ਕੁਛ ਐਡ ਜਾਂ ਮਾਈਨਸ ਨਹੀਂ ਕਰਨਾ ਚਾਹੀਦਾ ਬਟ ਸਤਿੰਦਰ ਜੀ ਮੈਂ ਜ਼ਰੂਰ ਜਾਣਨਾ ਚਾਹਾਂਗੀ ਇੱਕ ਹੁੰਦਾ ਹੱਡ ਬੀਤੀ ਇੱਕ ਹੁੰਦਾ ਜਗ ਬੀਤੀ ਇਸ ਫਿਲਮ ਦੀ ਕਹਾਣੀ ਦੇ ਵਿੱਚ ਜਗ ਬੀਤੀ ਹੀ ਹੈ ਜਾਂ ਹੱਡ ਬੀਤੀ ਵੀ ਕੁਛ ਹੈ ਵੀ ਜਦੋਂ ਤੁਸੀਂ ਨਿਊ ਗਏ ਹੋ ਕਿ ਤੁਸੀਂ ਵੀ ਉਸ ਚੀਜ਼ ਤੋਂ ਬਾਲ ਬਾਲ ਬਚੇ ਹੋ ਜਾਂ ਉਸ ਚੀਜ਼ ਨੂੰ ਤੁਸੀਂ ਬਹੁਤ ਨੇੜਤਾ ਤੋਂ ਹੰਡਾਇਆ ਮੇਰੀ ਓਪੀਨੀਅਨ ਦੇ ਵਿੱਚ ਕੋਈ ਵੀ ਕਹਾਣੀ ਜਿਹੜੀ ਤੁਸੀਂ ਲਿਖਦੇ ਹੋ ਜੇ ਉਹ ਤੁਸੀਂ ਮੰਨਦੇ ਨਾਲ ਲਿਖਦੇ ਹੋ ਤਾਂ ਉਹਦੇ ਵਿੱਚ ਬਹੁਤ ਸਾਰੇ ਫੈਕਟਰ ਤਾਂ ਹੁੰਦੇ ਜਿਹੜੇ ਤੁਹਾਡੇ ਨਾਲ ਬੀਤੇ ਹੁੰਦੇ ਕਿਉਂਕਿ ਰਾਈਟਿੰਗ ਦੇ ਪ੍ਰੋਸੈਸ ਦੇ ਦੌਰਾਨ ਤੁਸੀਂ ਆਪਦੀ ਹੀ ਜਿੱਦਾਂ ਕਹਿ ਲਓ ਕਿ ਰੂਹ ਦਾ ਇੱਕ ਪਾਰਟ ਆ ਜਿਹੜਾ ਉਹ ਦੁਨੀਆ ਸਾਹਮਣੇ ਨੰਗਾ ਕਰਨਾ ਹੁੰਦਾ ਹੈਗਾ ਅਨਲੈਸ ਜਦੋਂ ਤੱਕ ਤੁਸੀਂ ਉਹ ਨਹੀਂ ਕਰਦੇ ਉਦੋਂ ਤੱਕ ਚਾਹੇ ਤੁਹਾਡੀ ਜਿੰਨੀ ਮਰਜ਼ੀ ਕ੍ਰਾਫਟ ਤੁਹਾਡਾ ਵਧੀਆ ਹੋਵੇ ਕਲਾਕਾਰ ਤੁਹਾਡੀ ਵਧੀਆ ਹੋਵੇ ਲੋਕਾਂ ਨੂੰ ਉਹ ਚੀਜ਼ ਜੋ ਦਿਖਦੀ ਆ ਤਾਂ ਇਮੀਡੀਏਟਲੀ ਕਨੈਕਟ ਕਰਦੇ ਅਤੇ ਸੋ ਹੱਡ ਜੱਗ ਹੱਡ ਬੀਤੀ ਹੈਗੀ ਆ ਪਰ ਨਾਟ ਇਨ ਦਾ ਟਰਮਸ ਆਫ ਕ੍ਰਾਈਮ ਓਕੇ ਪਰ ਮੈਨੂੰ ਇੰਨਾ ਪਤਾ ਵੀ ਦੋਸਤੀ 'ਚ ਜੇ ਖਟਾਸ ਆਉਂਦੀ ਆ ਜਾਂ ਰਿਸ਼ਤਿਆਂ 'ਚ ਜੇ ਕੁਛ ਉੱਪਰ ਥੱਲੇ ਹੁੰਦਾ ਆ ਤਾਂ ਉਹਦਾ ਇੰਪੈਕਟ ਜਿਹੜਾ ਹੈਗਾ ਉਹ ਬੰਦੇ ਦੀ ਮੈਂਟੈਲਿਟੀ 'ਤੇ ਜ਼ਰੂਰ ਪੈਂਦਾ ਚਾਹੇ ਉਹ ਕਾਨੂੰਨ ਦੇ ਇੱਧਰ ਖੜਾ ਹੋਵੇ ਜਾਂ ਦੂਸਰੀ ਸਾਈਡ 'ਤੇ ਖੜਾ ਹੋਵੇ ਸੋ ਹੀ ਸਟਿਲ ਦੇ ਸਟਿਲ ਗੋ ਥਰੂ ਦਾ ਸੇਮ ਇਮੋਸ਼ਨ ਐਂਡ ਉਹ ਰਿਡੈਂਪਸ਼ਨ ਦਾ ਪ੍ਰੋਸੈਸ ਵੀ ਆਲਮੋਸਟ ਸੇਮ ਹੀ ਹੁੰਦਾ ਸੋ ਦੋਨਾਂ ਦਾ ਮਿਕਸ ਹੀ ਕਹਿ ਲਓ ਹੱਡ ਬੀਤੀ ਔਰ ਜੱਗ ਬੀਤੀ ਦਾ ਓਕੇ ਸੋ ਦੋ ਚੀਜ਼ਾਂ ਇੰਪੋਰਟੈਂਟ ਜਿਹੜੀਆਂ ਆਉਂਦੀਆਂ ਨੇ ਪੋਸਟ ਪ੍ਰੋਡਕਸ਼ਨ ਦੇ ਵਿੱਚ ਹੈ ਨਾ ਇੱਕ ਤਾਂ ਪਹਿਲੇ ਮੈਂ ਜਾਣਨਾ ਚਾਹਾਂਗੀ ਪ੍ਰੋਡਿਊਸਰਸ
ਸਾਡੇ ਇੱਥੋਂ ਦੇ ਤੇ ਪ੍ਰੋਡਿਊਸਰਸ ਨੂੰ ਪ੍ਰੋਪਰ ਮਸਾਲਾ ਚਾਹੀਦਾ ਹੁੰਦਾ ਵੀ ਲੱਗਦੇ ਸਾਰ ਹੀ ਬਾਕਸ ਆਫਿਸ ਤੇ ਛਾ ਜਾਣੀ ਚਾਹੀਦੀ ਹੈ ਪੈਸੇ ਵਸੂਲੀ ਵਾਸਤੇ ਹੈ ਨਾ ਸੋ ਤੁਸੀਂ ਪ੍ਰੋਡਿਊਸਰਸ ਨੂੰ ਜਦੋਂ ਅਪਰੋਚ ਕੀਤੀ ਉਹਨਾਂ ਨੇ ਐਗਰੀ ਕਰ ਲਿਆ ਤੁਹਾਡੀ ਫਿਲਮ 'ਚ ਤਾਂ ਕੋਈ ਗਾਣਾ ਵੀ ਨਹੀਂ ਹੈਗਾ ਤਾਂ ਹਾਲੀਵੁੱਡ ਟਾਈਪ ਤੁਸੀਂ ਬਣਾਈ ਹੈ ਹਾਂਜੀ ਫਿਲਮ ਐਕਚੁਅਲੀ ਪਹਿਲਾਂ ਲਿਖੀ ਇੰਗਲਿਸ਼ 'ਚ ਸੀਗੀ ਅੱਛਾ ਸੋ ਬਿਕੋਜ਼ ਮੇਰਾ ਪੰਜਾਬੀ ਫਿਲਮਾਂ ਮਤਲਬ ਮੇਰੀਆਂ ਸ਼ਾਰਟ ਫਿਲਮਾਂ ਦੇਖੋ ਇੰਗਲਿਸ਼ ਫ੍ਰੈਂਚ ਦੇ ਵਿੱਚ ਨੇ ਡਾਕੂਮੈਂਟਰੀ ਵੀ ਇੰਗਲਿਸ਼ ਦੇ ਵਿੱਚ ਸੀਗੀ ਸੋ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਪੰਜਾਬੀ ਬਣਾਊਂਗਾ ਜਾਂ ਮੈਂ ਪੰਜਾਬ ਦੇ ਵਿੱਚ ਅਗਲੇ ਇੱਦਾਂ ਰਿਲੀਜ਼ ਕਰੂੰਗਾ ਫਿਲਮ ਨੂੰ ਪਰ ਜਦੋਂ ਮੈਂ ਪ੍ਰੋਡਿਊਸਰ ਦੇ ਕੋਲ ਜੋ ਫਿਰ ਮੈਂ ਬਾਅਦ 'ਚ ਦੇਖਿਆ ਕਿ ਇੰਗਲਿਸ਼ ਦਾ ਬਜਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਹੋ ਜਾਣਾ ਅਤੇ ਉਹਨਾਂ ਦਾ ਨਹੀਂ ਹੋ ਪਾਏਗਾ ਔਰ ਮੈਨੂੰ ਕੋਈ ਔਰ ਬਾਹਰਲੇ ਦੇਸ਼ਾਂ 'ਚ ਜ਼ਿਆਦਾਤਰ ਸਾਰੇ ਲੋਕ ਗਵਰਨਮੈਂਟ ਦੀਆਂ ਗ੍ਰਾਂਟਸ 'ਤੇ ਡਿਪੈਂਡ ਕਰਦੇ ਆ ਇੰਡੀਪੈਂਡੈਂਟ ਫਾਈਨੈਂਸਰ ਬਹੁਤ ਥੋੜ੍ਹੇ ਹੈਗੇ ਨੇ ਆਪਣੇ ਇੱਧਰ ਹੈਗੇ ਆ ਅਤੇ ਫਿਰ ਮੈਨੂੰ ਲੱਗਿਆ ਕਿ ਚਲੋ ਬਣਾਉਣੀ ਤਾਂ ਹੈ ਹੀ ਆਈਡੀਆ ਤਾਂ ਉਹੀ ਆ ਸੋ ਮੇਰੀ ਤਾਂ ਆਪਦੀ ਲੈਂਗੁਏਜ ਆ ਪੰਜਾਬੀ ਮੈਨੂੰ ਕਨਵਰਟ ਕਰਨਾ ਤਾਂ ਉਹਨੂੰ ਮੇਰੇ ਲਈ ਤਾਂ ਬਹੁਤ ਈਜ਼ੀ ਹੈ ਇਨਫੈਕਟ ਇਟ ਹੋਰ ਵੀ ਬੈਟਰ ਹੋ ਜਾਏਗੀ ਬਿਕੋਜ਼ ਮੈਂ ਪੰਜਾਬੀ ਇੰਗਲਿਸ਼ ਨਾਲੋਂ ਵੀ ਬੈਟਰ ਜਾਣਦਾ ਅਤੇ ਉਹ ਪੰਜਾਬੀ 'ਚ ਕਨਵਰਟ ਕਰ ਲਈ ਅਤੇ ਉਸ ਤੋਂ ਬਾਅਦ ਪ੍ਰੋਡਿਊਸਰਾਂ ਦੇ ਕੋਲ ਗਿਆ ਸੀਗਾ ਦੋ ਚਾਰ ਨੂੰ ਮਿਲਿਆ ਔਰ ਜਿਹੜੇ ਬੰਦੇ ਨੇ ਪੈਸੇ ਲਾਉਣੇ ਹੁੰਦੇ ਆ ਉਹਨੇ ਉਹਦੇ ਸਵਾਲ ਤਾਂ ਹੁੰਦੇ ਆ ਉਹਨਾਂ ਨੂੰ ਹੁੰਦਾ ਵੀ ਪਹਿਲੀ ਗੱਲ ਤਾਂ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਕਿਸੇ ਨੇ ਮੇਰਾ ਨਾਂ ਨਹੀਂ ਸੁਣਿਆ ਤਾਂ ਉਹ ਕਿਉਂ ਲਾਉਣ ਪੈਸੇ ਇੰਨੇ ਹੈ ਨਾ ਫਿਲਮ ਦੇ ਉੱਤੇ ਅਤੇ ਉਹਨਾਂ ਦੇ ਫਿਰ ਜਿਹੜੇ ਕਿਸਾਨ ਉਹ ਵੀ ਸੁਣਨੇ ਪੈਂਦੇ ਆ ਪਰ ਮੈਨੂੰ ਇੱਦਾਂ ਲੱਗਣ ਲੱਗਿਆ ਵੀ ਇਹ ਕਹਾਣੀ ਨੂੰ ਉੱਥੇ ਘੁੰਮ ਫਿਰ ਕੇ ਉੱਥੇ ਆਣੀ ਆ ਜਿਹੜੀ ਥੋਟ ਨਾ ਓਨੈਸਟੀ ਜਿਹੜੀ ਸਕ੍ਰਿਪਟ ਹੈਗੀ ਆ ਉਹ ਚੇਂਜ ਹੋਏਗੀ ਔਰ ਉਹ ਆਪਦਾ ਅਸਰ ਲੂਜ਼ ਕਰ ਜਾਏਗੀ ਕਿਉਂਕਿ ਦੇਖੋ ਤੁਸੀਂ ਫਿਲਮਾਂ ਮੈਨੂੰ ਲੱਗਦਾ 99% ਫਿਲਮਾਂ ਫਲੋਪ ਹੀ ਹੁੰਦੀਆਂ ਫਿਲ ਤਾਂ ਇਹ ਹੈ ਔਰ ਉਹ ਸਭ ਹਰ ਫਿਲਮ ਚਾਹੇ ਉਹ ਫਲੋਪ ਹੋਵੇ ਚੰਗੀ ਹੋਵੇ ਮਾੜੀ ਹੋਵੇ ਉਹਦੇ 'ਚ ਓਨਾ ਹੀ ਖੂਨ ਪਸੀਨਾ ਹਰ ਕਿਸੇ ਦਾ ਲੱਗਿਆ ਹੁੰਦਾ ਔਰ ਹਰ ਬੰਦਾ ਉਹਦੀ ਸਮਝ ਦੇ ਮੁਤਾਬਿਕ ਉਹਦੀ ਪ੍ਰਮੋਸ਼ਨ ਕਰਦਾ ਵੱਡੀ ਸਟਾਰ ਕਾਸਟ ਲੈਂਦਾ ਉਹਦੇ ਬਾਵਜੂਦ ਵੀ ਜਦੋਂ ਕੋਈ ਗਰੰਟੀ ਹੈ ਹੀ ਨਹੀਂ ਗੀ ਕਿਸੇ ਫਿਲਮ ਦੇ ਚੱਲਣ ਦੀ ਤਾਂ ਫਿਰ ਮੈਨੂੰ ਇਹ ਸੀਗਾ ਕਿ ਕੌਨਸ ਫਿਲਮ ਬਣਾਉਂਦੇ ਹਾਂ ਮੈਨੂੰ ਲੱਗਦਾ ਉਹ ਜ਼ਿਆਦਾ ਬੈਟਰ ਹੈਗਾ ਉਹ ਰਿਸਕ ਘੱਟ ਆ ਸ਼ਾਇਦ ਉਹ ਕੰਟੈਂਟ ਦੀ ਵਜ੍ਹਾ ਕਰਕੇ ਚੱਲ ਜਾਏ ਜੀ ਸੋ ਫਿਰ ਪ੍ਰੋਡਿਊਸਰ ਵੀ ਤੁਸੀਂ ਆਪ ਹੀ ਬਣ ਗਏ ਹਾਂਜੀ ਓਕੇ ਕੋਈ ਹੋਰ ਆਪਸ਼ਨ ਨਹੀਂ ਸੀ ਹਾਂ ਰਾਈਟ ਤੁਸੀਂ $65 ਤੋਂ ਖੁਦ ਸਟਾਰਟ ਕੀਤਾ ਸੀ ਹਾਂਜੀ ਫਿਰ ਕਿੰਨੇ ਡਾਲਰਸ ਇਕੱਠੇ ਹੋ ਗਏ ਤੇ ਕਿੰਨਾ ਬਜਟ ਹਿਲਿਆ ਇਨ ਬਿਟਵੀਨ ਕਿੰਨਾ ਸੋਚਿਆ ਸੀ ਤੇ ਲੱਗਿਆ ਕਿੰਨਾ ਹੈ ਟੂ ਬੀ ਓਨੈਸਟ ਲੱਗਦਾ ਕਾਫੀ ਗਿਆ ਜੀ ਪਰ ਜੇ $65 ਤੋਂ ਮੈਂ ਕਹਾਂ ਤਾਂ ਕਹਾਣੀ ਹਜੇ ਵੀ ਕੋਈ ਬਾਲੀ ਗਾਂ ਨਹੀਂ ਵਧੀ ਕਿਉਂਕਿ ਮੈਂ ਕਦੇ ਉਸ ਜਿੱਦਾਂ ਮੈਂ ਬੜਾ ਐਂਬੀਸ਼ੀਅਸ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਕਿ ਮੈਂ ਮਤਲਬ ਮਟੀਰੀਅਲਿਸਟਿਕ ਲੈਵਲ 'ਤੇ ਅਚੀਵ ਕਰਨਾ ਹੈਗਾ ਬਿਕੋਜ਼ ਆਈ ਅਚੀਵਡ ਅ ਲੋਟ ਵੈਨ ਆਈ ਵਾਜ਼ ਵੈਰੀ ਯੰਗ ਵੈਨ ਪੀਪਲ ਵਰ ਜਸਟ ਸਟਾਰਟਿੰਗ ਆਈ ਆਲਰੇਡੀ ਇਨ ਸਵਿਟਜ਼ਰਲੈਂਡ ਆਈ ਵਾਜ਼ ਆਲਰੇਡੀ ਮੇਕਿੰਗ ਲੋਟ ਆਫ ਮਨੀ ਜਿਹੜੀ ਕਿ ਮੈਂ ਉੱਥੋਂ ਛੱਡ ਕੇ ਆ ਗਿਆ ਐਂਡ ਆਈ ਵੈਰੀ ਹੈਪੀ ਦੈਟ ਆਈ ਡਿਡ ਦੈਟ ਕਿਉਂਕਿ ਮੈਨੂੰ ਆਈ ਲੁੱਕ ਫੋਰਵਰਡ ਟੂ ਮਾਈ ਨੈਕਸਟ ਡੇ ਔਰ ਮੈਨੂੰ ਸੰਡੇ ਮੰਡੇ ਫਿਰ ਨਹੀਂ ਪਤਾ ਲੱਗਦਾ ਕਿ ਅੱਜ ਕੀ ਦਿਨ ਹੈ ਕਿਉਂਕਿ ਮੈਂ ਕਿਸੇ ਲਈ ਕੰਮ ਨਹੀਂ ਕਰਦਾ ਪਰ ਮੈਂ ਆਪਦੀ ਜੋ ਮੈਨੂੰ ਪਸੰਦ ਆ ਉਹ ਕਰ ਰਿਹਾ ਹੁੰਦਾ ਸੋ ਫਿਲਮ ਦੇ ਉੱਤੇ ਪੈਸੇ ਇਕੱਠੇ ਕਰਨਾ ਬੈਂਕ ਵਗੈਰਾ ਲੋਨ ਵੀ ਲਿਆ ਜੋ ਵੀ ਸੀਗਾ ਹੈ ਨਾ ਤਾਂ ਮੁਸ਼ਕਿਲ ਤਾਂ ਸੀ ਇਹ ਪਰ ਅਗੇਨ ਜੋ ਤੁਹਾਨੂੰ ਕਿਸੇ ਚੀਜ਼ ਦੇ ਉੱਤੇ ਟਰੱਸਟ ਹੁੰਦਾ ਔਰ ਤੁਹਾਨੂੰ ਲੱਗਦਾ ਕਿ ਇਸ ਤੋਂ ਬੈਟਰ ਹੋਰ ਕੁਝ ਹੈ ਵੀ ਨਹੀਂ ਮੇਰੇ ਕੋਲ ਕਰਨ ਨੂੰ ਤਾਂ ਲੈਟਸ ਇਹੀ ਕਰਦੇ ਆ ਓਕੇ ਸੋ ਤੁਸੀਂ ਜਿੱਦਾਂ ਗੱਲ ਕੀਤੀ ਕੋਵਿਡ ਦੀ ਹੈ ਨਾ ਇਸ ਲਈ ਬਹੁਤ ਲੰਬਾ ਟਾਈਮ ਡਿਊਰੇਸ਼ਨ ਵੀ ਲੱਗਿਆ ਵੈਸੇ ਤੇ ਜੇ ਉਹ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਹੈ ਨਾ ਕਿੰਨੀਆਂ ਫਿਲਮਾਂ ਬਣੀਆਂ ਕੋਵਿਡ ਦੌਰਾਨ ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ 2-3 ਸਾਲ ਤਾਂ ਹੀ ਲੱਗ ਗਈ ਵੀ ਕੋਵਿਡ ਆ ਗਿਆ ਟੀਮ ਘਟਾ ਦਿੱਤੀ ਸਾਨੂੰ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਆ ਗਈਆਂ ਬਹੁਤ ਸਾਰੀਆਂ ਤੁਹਾਨੂੰ ਗੱਲਾਂ ਮੰਨਣੀਆਂ ਪੈਂਦੀ ਸੀ ਗਾਈਡਲਾਈਨਸ ਮਿਲ ਗਈਆਂ ਤੇ ਕੋਵਿਡ ਪ੍ਰੋਬਲਮ ਤਾਂ ਕੈਨੇਡਾ ਵੀ ਆਈ ਸੀ ਹੈ ਨਾ ਔਰ ਤੁਹਾਡੇ ਚੈਲੇਂਜਸ ਕਿਹੋ ਜਿਹੇ ਸੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ 2 ਸਾਲ ਤੁਹਾਨੂੰ ਵੀ ਲੱਗਿਆ ਪਰ ਉਹਦੀ ਐਗਜ਼ੈਕਟ ਵਜ੍ਹਾ ਕੋਵਿਡ ਸੀ ਜਾਂ ਰਿਸੋਰਸਿਸ ਪ੍ਰੋਬਲਮ ਸੀ ਮੈਂ ਫਿਲਮ ਲਿਖਣੀ ਕੋਵਿਡ ਦੇ ਦੌਰਾਨ ਸ਼ੁਰੂ ਕੀਤੀ ਸੀ ਕਿਉਂਕਿ ਹੋਰ ਕੁਝ ਹੋ ਨਹੀਂ ਰਿਹਾ ਸੀਗਾ ਅਤੇ ਫਿਰ ਮੈਨੂੰ ਲੱਗਿਆ ਕਿ ਹੁਣ ਬਾਕੀ ਸਾਰੇ ਸ਼ਟਰ ਤਾਂ ਡਿੱਗੇ ਹੀ ਹੋਏ ਨੇ ਥੱਲੇ ਸੋ ਇੱਕ ਜਿਹੜਾ ਆਈਡੀਆ ਸੀਗਾ ਆਲਰੇਡੀ ਦਿਮਾਗ 'ਚ ਚੱਲ ਰਿਹਾ ਸੀਗਾ ਐਂਡ ਫਿਰ ਮੈਨੂੰ ਐਕਸਪੈਂਡ ਕਰਨਾ ਸ਼ੁਰੂ ਕੀਤਾ ਸ਼ਾਰਟ ਫਿਲਮ ਦੇ ਤੌਰ 'ਤੇ ਮੈਨੂੰ ਲਿਖਣਾ ਸ਼ੁਰੂ ਕੀਤਾ ਇੰਗਲਿਸ਼ ਸੀ ਫਿਰ ਉਹਨੂੰ ਐਕਸਪੈਂਡ ਹੋ ਗਿਆ ਫਿਰ ਉਹਨੂੰ ਕਨਵਰਟ ਕੀਤਾ ਸੋ ਚੈਲੇਂਜਿਸ ਇਹ ਸੀਗੇ ਕੋਵਿਡ ਦੇ ਵਿੱਚ ਕਿ ਸਾਡੇ ਉੱਥੇ ਰਿਸਟ੍ਰਿਕਸ਼ਨਸ ਬਹੁਤ ਜ਼ਿਆਦਾ ਸੀਗੀਆਂ ਔਰ ਉਹ ਰਿਸਟ੍ਰਿਕਸ਼ਨ ਫੋਲੋ ਵੀ ਕਰਦੇ ਨੇ ਲਾਅ ਇਨਫੋਰਸਮੈਂਟ ਉੱਥੇ ਕਾਫੀ ਹੈ ਸੋ ਤੁਸੀਂ 10 ਬੰਦਿਆਂ ਤੋਂ ਜ਼ਿਆਦਾ ਕਿਤੇ ਹੋ ਨਹੀਂ ਸਕਦੀ ਈਵਨ ਇਫ ਯੂ ਹੈਵ ਪ੍ਰੋਫੈਸ਼ਨਲ ਤੁਹਾਡੇ ਕੋਲ ਪਰਮਿਸ਼ਨਸ ਨੇ ਸੋ ਐਟ ਏ ਟਾਈਮ ਕਰੂ ਔਰ ਐਕਟਰ ਨੂੰ ਸਾਰਿਆਂ ਨੂੰ ਮਿਲਾ ਕੇ ਮੈਂ 10 ਬੰਦਿਆਂ ਤੋਂ ਜ਼ਿਆਦਾ ਨਹੀਂ ਕਰ ਸਕਦਾ ਸੀ ਕਿਤੇ ਸੋ ਆਈ ਹੈਡ ਟੂ ਹੈਡ ਮੇ ਬੀ 2 ਟੀਮਸ ਔਰ ਸਮਥਿੰਗ ਕਾਫੀ ਮੈਨੇਜਮੈਂਟ ਦੇ ਤੌਰ 'ਤੇ ਕਾਫੀ ਚੈਲੇਂਜਿੰਗ ਸੀਗਾ ਉਹ ਫਿਰ ਉਹ ਸਾਰੇ ਕੋਵਿਡ ਪ੍ਰੋਟੋਕੋਲਸ ਫੋਲੋ ਕਰਨੇ ਪੈਂਦੇ ਸੈਟ ਦੇ ਉੱਤੇ ਮਾਸਕ ਹੋਣੇ ਚਾਹੀਦੇ ਆ ਤੁਸੀਂ ਉਹ
ਸਾਈਨਸ ਰੱਖਣੇ ਆ ਕਿ ਇੱਥੇ ਸ਼ੂਟ ਹੋ ਰਿਹਾ ਹੈਗਾ, ਹੱਥ ਨਹੀਂ ਲਾਉਣਾ ਕਿਸੇ ਨੂੰ, ਦੂਰ ਖੜੋ, ਜਾਂ ਉਹਨਾਂ ਦਾ ਫੂਡ ਸਾਰਿਆਂ ਦਾ ਸੈਪਰੇਟਲੀ ਉਹਨਾਂ ਨੂੰ ਡਿਲੀਵਰ ਕਰਨਾ। ਸੋ ਉਹ ਸਾਰੇ ਪ੍ਰੋਟੋਕੋਲਸ ਫੋਲੋ ਕਰਨੇ ਕਾਫੀ ਜ਼ਿਆਦਾ ਚੈਲੇਂਜ ਸੀਗਾ, ਬਟ ਅਗੇਨ ਆਈ ਵਾਜ਼ ਵੈਰੀ ਡਿਟਰਮਾਈਂਡ ਕਿ ਬਹੁਤ ਹੋ ਗਿਆ, ਕਿਸੇ ਫੇਵਰੇਬਲ ਕੰਡੀਸ਼ਨ ਦੀ ਤਲਾਸ਼ ਦੇ ਵਿੱਚ ਫਿਲਮ ਨੂੰ ਡਿਲੇਅ ਕਰਨਾ, ਹੁਣ ਤਾਂ ਰੇਨ ਔਰ ਫਾਇਰ ਲਾਈਕ ਵੀ ਗੋਨਾ ਡੂ ਦਿਸ। ਸੋ ਆਈ ਵਾਜ਼ ਵੈਰੀ ਐਡਮੈਂਟ ਔਨ ਦਿਸ ਕਿ ਆਈ ਐਮ ਨਾਟ ਗੋਨਾ ਸਟਾਪ। ਪਰ ਸਮਾਂ ਉਹ ਵੀ ਆਇਆ ਜਦੋਂ ਇੱਕ ਹਫ਼ਤੇ ਲਈ ਲੱਗਣ ਲੱਗ ਗਿਆ ਕਿ ਨਹੀਂ ਸ਼ਾਇਦ ਹੁਣ ਇਹ ਮੁਕੰਮਲ ਹੋ ਹੀ ਨਹੀਂ ਪਾਏਗੀ। ਹਾਂਜੀ ਹਾਂਜੀ, ਉਹ ਸਾਡੀ ਜਿਹੜੀ ਲੀਡ ਐਕਟਰਸ ਹੈ ਅਰਸ਼ ਕੁਰਬਾ, ਸ਼ੀ ਇਜ਼ ਵੈਰੀ ਹਾਰਡ ਵਰਕਿੰਗ, ਬਹੁਤ ਵਧੀਆ ਕੰਮ ਕੀਤਾ ਉਹਨੇ। ਉਹ ਆਪਣਾ ਸ਼ੂਟ ਖਤਮ ਕਰਕੇ ਚਲੀ ਗਈ ਸੀ ਹਫ਼ਤੇ ਦਾ, ਐਂਡ ਦੈਨ 2 ਕੁ ਦਿਨਾਂ ਬਾਅਦ ਉਹਦਾ ਮੈਸੇਜ ਆਇਆ, ਸਾਡਾ ਹਜੇ 10 ਕੁ ਦਿਨ ਦਾ ਸ਼ੂਟ ਬਾਕੀ ਸੀਗਾ, ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਕੋਵਿਡ ਪੋਜ਼ਿਟਿਵ ਹਾਂ ਮੈਂ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਬਟ ਆਈ ਐਮ ਅਸਿਮਟੋਮੈਟਿਕ। ਸੋ ਮੈਨੂੰ ਫਿਰ ਲੱਗਿਆ ਕਿ ਹੁਣ ਸਾਨੂੰ ਸਾਰਿਆਂ ਨੂੰ ਕੋਵਿਡ ਬਾਏ ਲਾਅ ਕਰਨਾ ਚਾਹੀਦਾ, ਤੁਹਾਨੂੰ ਸਾਰਿਆਂ ਨੂੰ, ਤੁਸੀਂ ਸਾਰੀ ਜਿੰਨੇ ਵੀ ਯੂਨਿਟ ਦਾ ਟੈਸਟ ਕਰੋ। ਅਤੇ ਉਹਦੇ ਵਿੱਚ ਹੁਣ ਜਿਨ੍ਹਾਂ ਨੂੰ ਮਾੜਾ ਮੋਟਾ ਜ਼ੁਕਾਮ ਵੀ ਸੀਗਾ, ਉਹ ਡਰੇ ਹੋਏ ਸੀਗੇ ਕਿ ਸਾਡਾ ਤਾਂ ਨਿਕਲ ਹੀ ਆਉਣਾ, ਅਤੇ ਉਹ ਜ਼ਿਆਦਾਤਰ ਐਕਟਰ ਟੋਰੋਂਟੋ ਤੋਂ ਆਏ ਸੀ, ਮਨਿੰਦਰ ਵੀ ਟੋਰੋਂਟੋ ਸੀ, ਹਰਸ਼ਨ ਭਾਅ ਜੀ ਟੋਰੋਂਟੋ ਦਾ ਆਏ ਸੀਗੇ, ਸ਼ਹਿਜ਼ਾਦ ਵੀ ਟੋਰੋਂਟੋ ਜਿਹੜਾ ਸਾਡਾ DOP ਡਾਇਰੈਕਟਰ ਆਫ ਫੋਟੋਗ੍ਰਾਫੀ, ਜਸ਼ਨ ਫਸਟ AC ਉਹ ਵੀ ਟੋਰੋਂਟੋ। ਸੋ ਮੈਂ ਕਿਹਾ ਵੀ ਨਹੀਂ ਵੀ, ਉਹ ਕਹਿੰਦੇ ਵੀ ਤੁਸੀਂ ਆਪਾਂ ਲੋਕਾਂ ਨੇ ਮੈਨੂੰ ਸਲਾਹ ਵੀ ਦਿੱਤੀ ਕਿ ਤੁਸੀਂ ਜਿਹੜੇ ਜਿੰਨੇ ਕੁ ਦਿਨ ਹੈਗੇ ਤੁਸੀਂ ਚੁੱਪ ਕਰਕੇ ਆਪਦਾ ਸ਼ੂਟ ਕਰ ਲਓ, ਅਤੇ ਇਸ ਤੋਂ ਪਹਿਲਾਂ ਕਿਸੇ ਨੂੰ ਪਤਾ ਲੱਗੇ ਤੁਸੀਂ ਖਤਮ ਕਰ ਲਓ। ਬਟ ਆਈ ਵਾਜ਼ ਵੈਰੀ ਕਲੀਅਰ ਕਿ ਜਿਹੜੇ ਲੋਕ ਮੈਨੂੰ ਫੇਵਰ ਕਰ ਰਹੇ ਨੇ, ਕੋਈ ਆਪਦਾ ਘਰ ਦੇ ਰਿਹਾ ਸੀ, ਕੋਈ ਦੋਸਤ ਆਪਦੀ ਘਰ ਦੇ ਰਿਹਾ ਸੀਗਾ, ਸੋ ਉਹ ਫੇਵਰਸ ਨੂੰ ਆਈ, ਜੋ ਕੋਈ ਮੇਰੇ ਲਈ ਕਰ ਰਿਹਾ ਤਾਂ ਮੇਰੀ ਰਿਸਪੋਂਸੀਬਿਲਟੀ ਬਣਦੀ ਕਿ ਉਹਨਾਂ ਨੂੰ ਮੈਂ ਸੱਚੀ ਗੱਲ ਦੱਸਾਂ ਕਿ ਬਈ ਸਾਡੇ 'ਚੋਂ ਕਿਸੇ ਨੂੰ ਕੋਵਿਡ ਹੋਇਆ, ਅਤੇ ਉੱਥੇ ਨਾ ਲੈ ਕੇ ਜਾਵਾਂ ਅੰਟਿਲ ਆਈ ਐਮ ਕਲੀਅਰ ਕਿ ਮੇਰੇ ਯੂਨਿਟ 'ਚ ਕਿਸੇ ਨੂੰ ਕੋਵਿਡ ਪੋਜ਼ਿਟਿਵ ਨਹੀਂ ਹੈ। ਸੋ ਫਿਰ ਉਹਨਾਂ ਨੂੰ ਟੋਰੋਂਟੋ ਭੇਜ ਕੇ ਉਹਨਾਂ ਦਾ ਕੋਵਿਡ ਟੈਸਟ ਕਰਾਇਆ, ਔਰ ਮੈਨੂੰ ਲੱਗਿਆ ਸੀ ਸ਼ਾਇਦ ਫਿਲਮ ਹੁਣ ਬੰਦ ਹੋ ਜਾਏਗੀ ਕਿਉਂਕਿ ਵਾਪਸ ਸ਼ਾਇਦ ਨਹੀਂ ਆਉਣ ਉਹਨਾਂ 'ਚੋਂ, ਇੱਕ ਵੀ ਪੋਜ਼ਿਟਿਵ ਹੋ ਗਿਆ ਤਾਂ ਦੈਨ ਗੱਲ ਜਾਂਦੀ, ਫਿਰ ਖਤਮ ਹੋ ਜਾਂਦੀ। ਪਰ ਕੁਦਰਤ ਨੇ ਜਿਵੇਂ ਕਹਿ ਲਓ ਵੀ ਉਹਨਾਂ 'ਚੋਂ ਕੋਈ ਪੋਜ਼ਿਟਿਵ ਨਹੀਂ ਸੀਗਾ, ਤਾਂ ਫਿਰ ਉਹ ਹਫ਼ਤੇ ਕੁ ਬਾਅਦ ਵਾਪਸ ਆਇਆ, ਦੈਨ ਵੀ ਰਿਜ਼ਿਊਮ ਡੇਟ। ਇੱਥੇ ਵੀ ਬਜਟ ਹੀ ਲਿਆਉਣਾ ਹੈ। ਹਾਂਜੀ, ਬਜਟ ਤਾਂ ਚੈਲੇਂਜਸ ਤਾਂ ਹਰ ਪਾਸੇ ਸੀਗੇ, ਕਿਉਂਕਿ ਤੁਸੀਂ ਕਹਿ ਲਓ ਕਿ ਬੁੱਕ ਕੀਪਿੰਗ ਤੋਂ ਲੈ ਕੇ ਕੰਟਰੈਕਟ ਮੇਕਿੰਗ ਤੱਕ ਲੈ ਕੇ, ਪਰਮਿਸ਼ਨਸ ਤੋਂ ਲੈ ਕੇ, ਪ੍ਰੋਟੋਕੋਲਸ ਫੋਲੋ ਕਰਨੇ, ਆਈ ਡਿਡਨਟ ਹੈਡ ਐਨੀ ਅਸਿਸਟੈਂਟ, ਸੋ ਆਈ ਵਾਸ ਡੂਇੰਗ ਇਟ ਮਾਈਸੈਲਫ। ਮਤਲਬ ਔਖਾ ਸੀ ਬਹੁਤ ਸਫ਼ਰ। ਅੱਛਾ, ਇੰਨਾ ਔਖਾ ਦੌਰ ਹੰਡਾਇਆ ਤੁਸੀਂ ਆਪਣਾ, ਚਲੋ ਤੁਹਾਡਾ ਸੁਪਨਾ ਸੀ ਜਿੱਦ ਤੁਹਾਡਾ ਇੰਟਰਸਟ ਸੀ, ਹੈ ਨਾ। ਸੈਂਸਰ ਦੀ ਗੱਲ ਜ਼ਰੂਰ ਕਰਨਾ ਚਾਹਾਂਗੇ, ਅਸੀਂ ਦੇਖ ਰਹੇ ਹਾਂ ਕਿ ਡਰੱਗਸ ਦੀ ਉਹਦੇ ਵਿੱਚ ਇੱਕ ਜਿਹੜੀ ਹੈ ਉਹ ਇੱਕ ਫੇਸ ਦਿਖਾਇਆ ਗਿਆ, ਕ੍ਰਾਈਮ ਦਾ ਫੇਸ ਵੀ ਦਿਖਾਇਆ ਗਿਆ, ਸੋ ਉਹ ਵਾਲਾ ਚੈਲੰਜ ਵੀ ਫੇਸ ਕਰਨਾ ਪਿਆ ਤੁਹਾਨੂੰ? ਹਾਂਜੀ, ਕਿਉਂਕਿ ਜਦੋਂ ਇੰਡੀਅਨ ਸੈਂਸਰ ਨੇ ਉਹ ਫਿਲਮ ਸੈਂਸਰਸ਼ਿਪ ਸਰਟੀਫਿਕੇਟ ਦਿੱਤਾ ਤਾਂ ਸਾਨੂੰ ਇਹ ਸਰਟੀਫਿਕੇਟ ਮਿਲਿਆ ਹੈਗਾ ਬਾਲਗ ਦਰਸ਼ਕਾਂ ਲਈ ਓਨਲੀ, ਅਤੇ ਉਹਨਾਂ 'ਚ ਕੁਝ ਜਗ੍ਹਾ ਦੇ ਉੱਤੇ ਉਹਦੇ 'ਚ ਫਿਲਮ ਦੇ ਵਿੱਚ ਗਾਲਾਂ ਹੈਗੀਆਂ ਨੇ ਸੀਗੀਆਂ, ਤਾਂ ਉਹਨਾਂ ਨੂੰ ਮਤਲਬ ਅਲਾਊਡ ਨਹੀਂ ਕਰਦੇ ਉਹ ਇੰਡੀਅਨ ਸੈਂਸਰ ਦੇ ਹਿਸਾਬ ਨਾਲ, ਅਤੇ ਫਿਰ ਉਹਨਾਂ ਨੂੰ ਡਬ ਕੀਤਾ ਥੋੜ੍ਹੇ ਹੋਰ ਲਾਈਟ ਸ਼ਬਦਾਂ ਦੇ ਵਿੱਚ, ਤਾਂ ਕਿ ਚਲਾਉਣੀ ਤਾਂ ਹੈਗੀ ਹੈ ਫਿਲਮ, ਵਟ ਐਵਰ ਦਾ ਨਾਮ ਆਫ ਦਾ ਪਲੇਸ ਇਜ਼ ਯੂ ਹੈਵ ਟੂ ਫੋਲੋ ਇਟ ਰਾਈਟ। ਕੈਨੇਡਾ ਦੇ ਵਿੱਚ ਦੀ ਓਰੀਜਨਲ ਵਰਜ਼ਨ ਹੀ ਚੱਲੇਗਾ, ਬਿਕੋਜ਼ ਉਹ ਸਿਰਫ ਸਰਟੀਫਿਕੇਟ ਦਿੰਦੇ ਨੇ, ਉਹ ਸੈਂਸਰ ਨਹੀਂ ਕਰਦੇ ਕਿਸੇ ਚੀਜ਼ ਨੂੰ। ਓਕੇ ਓਕੇ, ਅਤੇ ਉਹਦਾ ਪਰ ਮੈਨੂੰ ਜਦੋਂ ਕੋਈ ਲੋਕ ਪੁੱਛਦੇ ਸੀ ਉਹ 'ਚ ਗਾਲਾਂ ਨੇ ਤਾਂ ਇੱਦਾਂ ਕਰਕੇ ਤੁਸੀਂ ਉਹਨੂੰ ਲਾਈਟ ਕਿਉਂ ਨਹੀਂ ਕੀਤਾ, ਸ਼ੂਟਿੰਗ ਦੇ ਦੌਰਾਨ ਵੀ ਮੈਨੂੰ ਕਹਿੰਦੇ ਸੀਗੇ ਉਹਦੇ ਨਾਲ ਸਾਡੇ ਡੋਰ ਬੰਦ ਹੋ ਜਾਣਗੇ, ਟੀਵੀ 'ਤੇ ਨਹੀਂ ਫਿਲਮ ਆ ਪਾਏਗੀ ਜਾਂ ਕੋਈ ਟ੍ਰੇਲਰ ਨਹੀਂ ਸ਼ੇਅਰ ਕਰੇਗਾ। ਕੀ ਇਹ ਕਾਸਟ ਵੱਲੋਂ ਵੀ ਚੀਜ਼ਾਂ ਹੋਈਆਂ ਨੇ? ਹਾਂਜੀ ਹਾਂਜੀ, ਓਕੇ, ਕਿਉਂਕਿ ਉਹਨਾਂ ਦਾ ਵੀ ਐਕਸਪੀਰੀਅੰਸ ਹੁੰਦਾ ਪਹਿਲਾਂ ਦੀਆਂ ਫਿਲਮਾਂ ਦੇ ਵਿੱਚ, ਔਰ ਹਰ ਕਾਸਟ ਦਾ ਜਾਂ ਹਰ ਕਰੂ ਦੇ ਮੈਂਬਰ ਦੇ, ਫਿਲਮ ਦੇ ਮੈਂਬਰ ਦਾ ਇਹ ਹੁੰਦਾ ਕਿ ਸਾਡੀ ਫਿਲਮ ਜਿਹੜੀ ਉਹਦੇ ਓਪਰਚੁਨਿਟੀਜ਼ ਨੂੰ ਕਲੋਜ਼ ਨਾ ਕਰੀਏ, ਨਵੀਂ ਓਪਰਚੁਨਿਟੀਜ਼ ਨੂੰ ਅਸੀਂ ਓਪਨ ਕਰੀਏ। ਔਰ ਜੇ ਤੁਹਾਡੀ ਫਿਲਮ ਵਿੱਚ ਕਰਸ ਵਰਡ ਹੈਗੇ ਆ ਤਾਂ ਉਹ ਕਾਫੀ ਕਾਫੀ ਜਿੱਦਾਂ ਟੀਵੀ 'ਤੇ ਨਹੀਂ ਜਾਏਗੀ ਜਾਂ ਉਹਨੂੰ ਐਡਿਟ ਕਰਨਾ ਪਏਗਾ ਬਾਅਦ ਦੇ ਵਿੱਚ, ਤਾਂ ਉਹ ਹੋ ਜਾਂਦਾ। ਬਟ ਅਗੇਨ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮੈਂ ਬਹੁਤ ਕਲੀਅਰ ਸੀਗਾ ਕਿ ਜੋ ਮੈਂ ਸਕ੍ਰਿਪਟ 'ਚ ਲਿਖਿਆ ਹੈਗਾ ਉਹ 100% ਵਰਕ ਕਰ ਰਿਹਾ ਹੈਗਾ ਮੇਰੀ ਸਮਝ ਦੇ ਮੁਤਾਬਿਕ, ਅਤੇ ਉਹ ਮੈਂ ਨਹੀਂ ਚੇਂਜ ਕਰਾਂਗਾ। ਔਰ ਬੇਸਿਕਲੀ ਉਹ ਮੈਨੂੰ ਇੱਕ ਤਰ੍ਹਾਂ ਦੀ ਡਿਸਓਨੈਸਟੀ ਵੀ ਲੱਗਦੀ ਸੀ ਕਿ ਜੇ ਮੈਂ ਹੁਣ ਦੋ ਬੰਦਿਆਂ ਨੂੰ, ਹੁਣ ਮੈਂ ਤੁਹਾਡੇ ਸਾਹਮਣੇ ਬਹੁਤ ਸੱਭਿਅਕ ਭਾਸ਼ਾ 'ਚ ਗੱਲ ਕਰ ਰਿਹਾ ਹਾਂ, ਪਰ ਸ਼ਾਇਦ ਹੋ ਸਕਦਾ ਜੇ ਮੈਂ ਗਲੀ ਦੇ ਮੋੜ 'ਤੇ ਜਾ ਕੇ ਇਸ ਨਾਲ ਲੜ ਪਾਂ ਤਾਂ ਮੇਰੀ ਜਿੰਨੀ ਪੜ੍ਹਾਈ ਲਿਖਾਈ ਹੈਗੀ ਉਹ ਜਸਟ 2 ਮਿੰਟ ਦੇ ਵਿੱਚ ਇਟ ਵਿਲ ਬੀ ਆਊਟ ਆਫ ਦ ਵਿੰਡੋ। ਸੋ ਜਦੋਂ ਕੋਈ ਦੋ ਬੰਦੇ ਆਪਸ 'ਚ ਲੜਦੇ ਆ ਤਾਂ ਉਹਨਾਂ ਦਾ ਇੱਕ ਮੇਨ ਪਰਪਸ ਹੁੰਦਾ ਕਿ ਫਿਜ਼ੀਕਲੀ ਉਹਨੂੰ ਹਰਟ ਕਰਨਾ, ਦੂਸਰੇ ਬੰਦੇ ਨੂੰ ਮੈਂਟਲੀ ਹਰਟ ਕਰਨਾ, ਤਾਂ ਮੈਂਟਲੀ ਹਰਟ ਕਰਨ ਦੇ ਲਈ ਗਾਲਾਂ ਦਾ ਇਸਤੇਮਾਲ ਕੀਤਾ ਜਾਂਦਾ ਕਿ ਜਿੱਦਾਂ ਚੈਲੇਂਜਿੰਗ ਵੀ ਹੈ ਨਾ ਇਹਦਾ। ਸੋ ਇਮੋਸ਼ਨ ਦੇ ਲਈ ਟਰੂ ਹੋਣਾ, ਜੇ ਤੁਸੀਂ ਪਿਆਰ ਵਾਲੇ ਸੀਨ ਦੇ ਵਿੱਚ ਉਹ ਪਿਆਰ ਦੀਆਂ ਗੱਲਾਂ ਨੂੰ ਓਨੀ ਇਮਾਨਦਾਰੀ ਨਾਲ ਦਿਖਾਉਂਦੇ ਹੋ, ਚਾਹੇ ਉਹ ਕਿਸਿੰਗ ਹੈ, ਚਾਹੇ ਉਹ ਯੂਨੋ ਕਡਲਿੰਗ ਹੈ, ਵਟ ਐਵਰ ਜੋ ਵੀ ਹੈ, ਇਸੇ ਤਰੀਕੇ ਨਾਲ ਤੁਹਾਨੂੰ ਮੈਨੂੰ ਲੱਗਦਾ ਵੀ ਇੰਟੈਂਸ ਸੀਨ ਦੇ ਵਿੱਚ ਵੀ ਜੋ ਲੈਂਗੁਏਜ ਵਰਤੀ ਜਾਂਦੀ ਹੈ ਉਹ 'ਚ ਕੋਈ ਮਾਈਲੇਜ ਲੈਣ ਦੇ ਲਈ ਨਹੀਂ, ਬਟ ਜਸਟ ਟੂ ਬੀ ਟਰੂ ਟੂ ਦਾ ਸੀਨ।
ਰਾਈਟ ਸੋ ਹੁਣ ਕੀ ਸੋਚ ਰਹੇ ਹੋ ਹੁਣ ਤਾਂ 13th ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਨਾ ਤੇ ਹੁਣ ਮਾਈਂਡ 'ਚ ਕੀ ਚੱਲ ਰਿਹਾ ਹੈ ਹੁਣ ਸਤਿੰਦਰ ਕਸਵਾਨਾ ਜੀ ਕੀ ਸੋਚ ਰਹੇ ਨੇ ਪਹਿਲਾਂ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਫੀਲ ਕਰਦਾ ਹੈਗਾ ਕਿ ਬਹੁਤ ਸਾਰੀਆਂ ਫਿਲਮਾਂ ਬਹੁਤ ਤਕੜੇ ਤਕੜੇ ਫਿਲਮ ਫੈਸਟੀਵਲ 'ਚ ਜਾਂਦੀਆਂ ਨੇ ਪਰ ਉਹ ਕਦੇ ਰਿਲੀਜ਼ ਨਹੀਂ ਹੁੰਦੀਆਂ ਥੀਏਟਰੀਕਲੀ ਜੀ ਸੋ ਇੱਕ ਬਹੁਤ ਵੱਡਾ ਚੈਲੰਜ ਆ ਕਿ ਫਿਲਮ ਨੂੰ ਕਨਸੀਵ ਕਰਨਾ ਇੱਕ ਥਾਟ ਜਿਹੜਾ ਤੁਹਾਡੇ ਦਿਮਾਗ 'ਚ ਚੱਲ ਰਿਹਾ ਉਹਨੂੰ ਕਾਗਜ਼ 'ਤੇ ਲੈ ਕੇ ਆਉਣਾ ਉਹਨੂੰ ਫੁਟੇਜ 'ਚ ਲੈ ਕੇ ਆਉਣਾ ਫਿਰ ਉਹਨੂੰ ਕਲਰ ਕਰਕੇ ਉਹਨੂੰ ਸਜਾਉਣਾ ਔਰ ਫਿਰ ਫਾਈਨਲੀ ਉਹਨੂੰ ਥੀਏਟਰ ਤੱਕ ਲੈ ਕੇ ਜਾਣਾ ਕਾਫੀ ਇਹ ਇੱਕ ਤਰ੍ਹਾਂ ਦੀ ਗ੍ਰੇਟਫੁਲ ਫੀਲਿੰਗ ਹੈ ਔਰ ਇਸ ਪ੍ਰੋਸੈਸ ਦੇ ਦੌਰਾਨ ਮੈਂ ਬਹੁਤ ਮੰਨਦਾ ਇਸ ਦੇ ਵਿੱਚ ਕਿ ਜਿਵੇਂ ਉਹ ਸ਼ੇਅਰ ਹੈਗਾ ਉਹ ਸ਼ਾਹਰੁਖ ਖਾਨ ਦੀ ਫਿਲਮ ਦਾ ਕਿ ਇਸ ਕਦਰ ਮੈਨੇ ਤੁਹਾਨੂੰ ਪਾਣੀ ਕੀ ਚਾਹਤ ਕੀ ਹੈ ਕਿ ਜ਼ਰੇ ਜ਼ਰੇ ਨੇ ਮੁਝੇ ਤੁਮਸੇ ਮਿਲਾਨੇ ਕੀ ਸਾਜਿਸ਼ ਕੀ ਹੈ ਸਾਜਿਸ਼ ਕੀ ਹੈ ਸੋ ਉੱਦਾਂ ਹੀ ਆ ਸੋ ਯੂਨੀਵਰਸ ਵਾਜ ਲਾਈਕ ਆਲਵੇਜ਼ ਲੁਕਿੰਗ ਆਊਟ ਫੋਰ ਮੀ ਐਂਡ ਉਸ ਤਰ੍ਹਾਂ ਦੇ ਬੰਦੇ ਸਫ਼ਰ ਦੇ ਵਿੱਚ ਮਿਲਦੇ ਗਏ ਜਾਣ ਲੋਕ ਸੀ ਜਿਨ੍ਹਾਂ ਨੇ ਹੈਲਪ ਕੀਤੀ ਗਾਈਡ ਕੀਤਾ ਲੋਕਾਂ ਨੇ ਸੋ ਫਾਈਨਲੀ ਉੱਥੇ ਆ ਤਾਂ ਐਕਸਾਈਟਮੈਂਟ ਆ ਨਰਵਸਨੈਸ ਵੀ ਥੋੜ੍ਹੀ ਜਿਹੀ ਹੁੰਦੀ ਹੈ ਪਰ ਆਈ ਵੁੱਡ ਸੇ ਆਈ ਵਿਲ ਮੋਰ ਐਕਸਾਈਟਡ ਬਟ ਇਹ ਕੰਟੇਨਡ ਜੀ ਐਕਸਾਈਟਮੈਂਟ ਆ ਕਿਉਂਕਿ ਮੈਨੂੰ ਪਤਾ ਹੈ ਕਿ ਰੀਅਲਿਸਟਿਕਲੀ ਫਿਲਮ ਦੇ ਕਿਸੇ ਵੀ ਫਿਲਮ ਦੇ ਚੱਲਣ ਜਾਂ ਨਾ ਚੱਲਣ ਦੇ ਬੜੇ ਰੇਅਰ ਚਾਂਸਿਸ ਹੁੰਦੇ ਰਾਈਟ ਸੋ ਫਿਲਮ ਦੇ ਨਾਮ ਨੂੰ ਲੈ ਕੇ ਮੈਂ ਜ਼ਰੂਰ ਗੱਲਬਾਤ ਤੁਸੀਂ ਕਿਹਾ ਜਦੋਂ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਉਹਦੇ ਕਰੈਕਟਰਸ ਦੇ ਨਾਮ ਵੀ ਨਹੀਂ ਲਿਖੇ ਹੋਏ ਸੀ ABC ਲਿਖਿਆ ਹੋਇਆ ਸੀ ਔਰ ਇੱਕ ਟੈਂਪਰੇਰੀ ਨੇਮ ਸੀ ਸੋ ਰੇਂਜ ਰੋਡ ਪਹਿਲੇ ਤੇ 290 ਆਈ ਮੀਨ ਇਹਦਾ ਐਗਜ਼ੈਕਟ ਮੀਨਿੰਗ ਉਹਨਾਂ ਲਈ ਜਿਨ੍ਹਾਂ ਵਿਚਾਰਿਆਂ ਨੂੰ ਕੈਨੇਡਾ ਦੇ ਸੁਪਨੇ ਤਾਂ ਲੈਂਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਗਾ ਹਾਂਜੀ ਰੇਂਜ ਰੋਡ ਜਿਹੜੇ ਹੈਗੇ ਨੇ ਉਹ ਜਿਹੜੇ ਕੈਨੇਡਾ ਦੇ ਲਿੰਕ ਰੋਡ ਜਿਵੇਂ ਪਿੰਡਾਂ ਨੂੰ ਸ਼ਹਿਰਾਂ ਨਾਲ ਕਨੈਕਟ ਕਰਨ ਲਈ ਸੜਕਾਂ ਹੁੰਦੀਆਂ ਉਹ ਨੇ ਅਤੇ ਕਿਉਂਕਿ ਕੈਨੇਡਾ ਦੀ ਆਬਾਦੀ ਸਾਡੇ ਨਾਲ ਬਹੁਤ ਘੱਟ ਆ ਸੋ ਉਹਨਾਂ ਦੇ ਉਹ ਜਿਹੜੇ ਰੋਡ ਹੁੰਦੇ ਉਹ ਸੁਨਸਾਨ ਹੀ ਹੁੰਦੇ ਆ ਮਤਲਬ ਉਹ ਬੜੇ ਕੈਲਗਰੀ ਸ਼ਹਿਰ ਜਿੱਥੇ ਮੈਂ ਰਹਿੰਦਾ ਆ ਉਹਦੇ ਬਹੁਤ ਛੋਟਾ ਹੀ ਆ ਸ਼ਹਿਰ ਬੜਾ ਵੱਡਾ ਨਹੀਂ ਹੈਗਾ ਉਹ ਐਂਡ ਦੈਟਸ ਵਾਈ ਆਈ ਲਾਈਕ ਟੂ ਲਿਵ ਦੇਅਰ ਬਿਕੋਜ਼ ਉੱਥੇ ਧੁੱਪ ਜ਼ਿਆਦਾ ਚੜ੍ਹਦੀ ਠੰਡ ਤਾਂ ਹੁੰਦੀ ਅਤੇ ਟ੍ਰੈਫਿਕ ਨਹੀਂ ਹੈਗਾ ਸਾਡੇ ਅਤੇ ਮੇਰੀ ਆਦਤ ਆ ਕਿ ਮੈਂ ਜਦੋਂ ਵਿਹਲਾ ਹੁੰਦਾ ਮੈਂ ਕੁਝ ਹੋਰ ਨਹੀਂ ਕਰ ਰਿਹਾ ਇਫ ਆਈ ਵਾਂਟ ਟੂ ਥਿੰਕ ਤਾਂ ਮੈਂ ਕਾਰ ਕੱਢ ਕੇ 5 ਮਿੰਟ ਡਰਾਈਵ ਕਰਦਾ ਅਤੇ ਮੈਂ ਪਿੰਡ ਵਾਲੀਆਂ ਸੜਕਾਂ 'ਤੇ ਪਹੁੰਚਣਾ ਦੈਨ ਆਈ ਮੈਂ ਉੱਥੇ ਹੀ ਤੁਰਿਆ ਫਿਰਦਾ ਰਹਿੰਦਾ ਇੱਧਰ ਚਲੇ ਜਾਏ ਉੱਧਰ ਚਲੇ ਜਾਏ ਪਤਾ ਹੈ ਵੀ ਘੁੰਮ ਫਿਰ ਕੇ ਤਾਂ ਵਾਪਸ ਆ ਹੀ ਜਾਵਾਂਗੇ ਸੋ ਜਦੋਂ ਸਟੋਰੀ ਮੇਰੇ ਦਿਮਾਗ 'ਚ ਚੱਲ ਰਹੀ ਸੀਗੀ ਤਾਂ ਸਟੋਰੀ ਉਦੋਂ ਪੂਰੀ ਹੁੰਦੀ ਜਦੋਂ ਤੁਹਾਨੂੰ ਉਹਦਾ ਕਲਾਈਮੈਕਸ ਦਿਖ ਜਾਂਦਾ ਹੈਗਾ ਕਿ ਅੱਛਾ ਵੀ ਇਹ ਸਭ ਕੁਝ ਹੋਇਆ ਐਂਡ ਦੈਨ ਇੱਥੇ ਆ ਕੇ ਖਤਮ ਹੋਈ ਉਹ ਅਤੇ ਜਿੱਥੇ ਮੈਂ ਖੜ੍ਹਾ ਸੀ ਉਹ ਮੈਂ ਸੜਕ ਦੇ ਕਿਨਾਰੇ 'ਤੇ ਗੱਡੀ ਰੋਕ ਕੇ ਖੜ੍ਹਾ ਸੀ ਅਤੇ ਉੱਥੇ ਉਹ ਚੁਰਾਹਾ ਸੀ ਅਤੇ ਉੱਥੇ ਲਿਖਿਆ ਸੀ ਰੇਂਜ ਰੋਡ 290 ਔਰ ਉਹ ਕਈ ਵਾਰੀ ਲੋਕੇਸ਼ਨ ਹੁੰਦੀ ਜਿਹੜੀ ਤੁਹਾਨੂੰ ਡਿਕਟੇਟ ਕਰਦੀ ਆ ਕਿ ਇੱਥੇ ਖਤਮ ਕਰ ਜਾਂ ਫਿਰ ਇਹਨੂੰ ਇਸ ਦੇ ਰਾਊਂਡ ਖਤਮ ਕਰ ਰਿਹਾ ਇਹ ਮੈਂ ਜੋ ਲੋਕੇਸ਼ਨ ਆ ਉਹ ਇੱਕ ਕਰੈਕਟਰ ਦੇ ਤੌਰ 'ਤੇ ਬਹੁਤ ਇੰਪੋਰਟੈਂਟ ਹੁੰਦੀ ਕਿਉਂਕਿ ਤਾਂ ਕਰੈਕਟਰਸ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਸੋ ਜਦੋਂ ਉਹ ਡਿਸਾਈਡ ਹੋ ਗਿਆ ਮੇਰਾ ਕਿ ਇਹ ਕਰਨੀ ਤਾਂ ਮੈਂ ਇੱਕ ਟੈਂਪਰੇਰੀ ਨਾਮ ਮਤਲਬ ਰੱਖ ਦਿੱਤਾ ਕਿ ਰੇਂਜ ਰੋਡ 290 ਮੇਰਾ ਵਰਕਿੰਗ ਟਾਈਟਲ ਆ ਅਤੇ ਬਾਅਦ ਦੇ ਵਿੱਚ ਜਦੋਂ ਫਿਲਮ ਬਣ ਗਈ ਜਦੋਂ ਲਿਖ ਲਿਆ ਪੂਰਾ ਤਾਂ ਈਵਨ ਬਣਾ ਵੀ ਦਿੱਤੀ ਉਦੋਂ ਬਾਅਦ 'ਚ ਵੀ ਬਹੁਤ ਵਾਰੀ ਮੈਨੂੰ ਸੁਜੈਸ਼ਨ ਆਈਆਂ ਕਿ ਬਹੁਤ ਕਨਫਿਊਜ਼ਿੰਗ ਆ ਇਹ ਪਤਾ ਨਹੀਂ ਲੱਗਣਾ ਕੀ ਹੈਗਾ ਪਰ ਮੈਂ ਜਿੱਦਾਂ ਫਿਲਮ ਬੜੀ ਡਿਫਰੈਂਟ ਜੀ ਹੈਗੀ ਅਨਕਨਵੈਨਸ਼ਨਲ ਹੋਰ ਪੰਜਾਬੀ ਇੰਡੀਅਨ ਫਿਲਮਾਂ ਨਾਲੋਂ ਤਾਂ ਹੋਰ ਨਾਮ ਜਿਵੇਂ ਯਾਰਾਂ ਨਾਲ ਬਹਾਰਾਂ ਜਾਂ ਇੱਦਾਂ ਦਾ ਕੁਛ ਉਹ ਕੁਛ ਵਰਕ ਨਹੀਂ ਕਰਦਾ ਉਹਦੇ 'ਤੇ ਸੋ ਮੈਨੂੰ ਲੱਗਿਆ ਕਿ ਲਾਈਕ ਇਹ ਆਲਰੇਡੀ ਜਿੱਦਾਂ ਕਿ ਡੈਸਟੀਨੀ ਹੈ ਕਿ ਇਹਦਾ ਨਾਮ ਇਹੀ ਹੋ ਸਕਦਾ ਸੋ ਲੈਟਸ ਜਸਟ ਲੀਵ ਇਟ ਲਾਈਕ ਦੈਟ ਅੱਛਾ ਤੁਸੀਂ ਯੂਜੂਅਲੀ ਪੰਜਾਬੀ ਫਿਲਮਾਂ ਵੇਖਦੇ ਹੋ ਹਾਂਜੀ ਕਿਹੜੀਆਂ ਫਿਲਮਾਂ ਤੁਹਾਨੂੰ ਪ੍ਰਭਾਵਿਤ ਕੀਤਾ ਪਿਛਲੇ ਦਿਨੀ ਜਾਂ ਕਹਿ ਲਓ ਵੀ ਪਿਛਲੇ ਸਾਲ ਦੀ ਸਿਰਫ ਗੱਲ ਕਰ ਲਈਏ ਜਦੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਏਸ਼ੀਆ ਦੇ ਵਿੱਚ ਮੈਂ ਗੁਰਵਿੰਦਰ ਸਿੰਘ ਜਿਹੜੇ ਬੜੇ ਵਧੀਆ ਦੋਸਤ ਵੀ ਨੇ ਹੁਣ ਮੇਰੇ ਉਹਨਾਂ ਦੀ ਫਿਲਮ ਉੱਥੇ ਆਈ ਸੀਗੀ ਅੱਧ ਚਾਨਣੀ ਰਾਤ ਜੀ ਐਂਡ ਹੀ ਇਜ਼ ਐਨ ਅਮੇਜ਼ਿੰਗ ਫਿਲਮ ਮੇਕਰ ਉਹਨਾਂ ਦੀ ਪੁਰਾਣੀਆਂ ਫਿਲਮਾਂ ਅੰਨੇ ਘੋੜੇ ਦਾ ਦਾਨ ਚੌਥੀ ਕੂਟ ਉਹ ਬਹੁਤ ਮੈਨੂੰ ਮਤਲਬ ਘੈਂਟ ਲੱਗਦੇ ਆ ਭਾਅ ਜੀ ਦੀ ਜਿਹੜੀ ਫਿਲਮ ਮੇਕਿੰਗ ਹੈਗੀ ਆ ਫਿਰ ਪੰਜਾਬੀ ਦੇ ਵਿੱਚ ਮੈਂ ਸ਼ਾਇਦ ਕੁਝ ਨਾ ਭੁੱਲ ਜਾਊਂਗਾ ਜਿੱਦਾਂ ਦਲਜੀਤ ਭਾਅ ਜੀ ਦੀ ਸੀਗੀ ਫਿਲਮ 1984 ਉਹ ਬੜੀ ਵਧੀਆ ਲੱਗੀ ਸੀ ਮੰਜੇ ਬਿਸਤਰੇ ਬਹੁਤ ਬਹੁਤ ਘੈਂਟ ਫਿਲਮ ਸੀ ਬਹੁਤ ਵਾਰੀ ਦੇਖੀ ਅਸੀਂ ਉਹ ਮਤਲਬ ਪ੍ਰਾਹੁਣਾ ਇੱਕ ਸੀ ਉਹ ਵੀ ਬਹੁਤ 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 ਦੇਖੀ ਹੈ ਸੋ ਇਸ ਤਰ੍ਹਾਂ ਦੇ ਲਾਈਕ ਆਈ ਮੈਂ ਸਾਰੀਆਂ ਦੇਖੀ ਦੀਆਂ ਜਿਹੜੀ ਵੀ ਕਮਲਾ ਦਾ ਸ਼ਬਦ ਚੋਬਰ ਦੇਖੀ ਸੀ ਕੁਝ ਦਿਨ ਪਹਿਲਾਂ ਤੇ ਉਹਦੇ ਚ ਵੀ ਗਾਣਾ ਨਾ ਬਰਾਬਰ ਹੀ ਸੀਗਾ ਹਾਂਜੀ ਹਾਂਜੀ ਉਹ ਮਨੀਸ਼ ਭੱਟ ਬੜੇ ਮੈਨੂੰ ਵਧੀਆ ਲੱਗਦੇ ਉਹਨਾਂ ਦੇ ਪੰਛੀ ਮੈਨੂੰ ਬਹੁਤ ਸੋਹਣੀ ਲੱਗੀ ਸੀ ਫਿਲਮ ਦੇਖੀ ਤੁਸੀਂ ਹਾਂਜੀ ਪਿੰਡ ਚੱਕਣ ਦੇ ਸ਼ਿਕਾਰੀ ਉਹਨਾਂ ਦਾ ਉਹ ਵੀ ਬਹੁਤ ਵਧੀਆ ਸੀਗਾ ਤੇ ਜਿਹੜਾ ਜੇ ਰੰਧਾਵਾ ਵੀਰਾ ਹੈਗਾ ਉਹ ਮੈਨੂੰ ਬੜੇ ਵਧੀਆ ਐਕਟਰ ਲੱਗਦੇ ਨੇ ਸੋ ਹਾਂਜੀ
ਜੀ ਸੋ ਹੁਣ ਪੰਜਾਬੀ ਸਿਨੇਮੇ ਦੀ ਜੇਕਰ ਗੱਲ ਕਰੀਏ ਹੁਣ ਸਤਿੰਦਰ ਕਸਵਾਨਾ ਦੇ ਨਾਮ 'ਤੇ ਸਾਨੂੰ ਐਕਟਰ ਮਿਲਣਗੇ ਰਾਈਟਰ ਮਿਲਣਗੇ ਜਾਂ ਡਾਇਰੈਕਟਰ ਮਿਲਣਗੇ ਜਾਂ ਸਭ ਤੋਂ ਪਹਿਲੇ ਪ੍ਰਾਇੋਰਟੀ 'ਤੇ ਕੀ ਮਤਲਬ ਕਿਸ ਤਰੀਕੇ ਦੇ ਨਾਲ ਇਸ ਨਾਮ ਦੀ ਐਂਟਰੀ ਹੋਣ ਵਾਲੀ ਹੈ ਇਹ ਤਾਂ ਮੈਨੂੰ ਲੱਗਦਾ ਦਰਸ਼ਕਾਂ 'ਤੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿਸ ਤਰੀਕੇ ਨਾਲ ਦੇਖਦੇ ਆ ਮੈਂ ਤਾਂ ਜਿਵੇਂ ਕਹਿ ਲਓ ਵੀ ਸਾਰਾ ਕੁਛ ਹੀ ਬਸਤਾ ਲੈ ਕੇ ਆ ਗਿਆ ਵੀ ਇਹਦੇ 'ਚ ਵੀ ਜਿਵੇਂ ਅੰਦਾਜ਼ ਆਪਣਾ ਆਪਣਾ ਤਾਂ ਤੇਜਾ ਦਾ ਡਾਇਲੋਗ ਆ ਕਿ ਅੰਡੇ ਵੀ ਮੇਰੇ ਔਰ ਬ੍ਰੈਡ ਵੀ ਮੇਰੇ ਰਾਈਟ ਅੰਡੇ ਦਾ ਰਾਜਾ ਔਰ ਆਮਲੇਟ ਦਾ ਬਾਦਸ਼ਾਹ ਸੋ ਹਜੇ ਤਾਂ ਮੈਨੂੰ ਉੱਦਾਂ ਹੀ ਲੱਗ ਰਿਹਾ ਕਿ ਕਾਫੀ ਸਾਰੇ ਰੋਲ ਇਹ 'ਚ ਪਲੇ ਕੀਤੇ ਆ ਪਰ ਫਿਊਚਰ ਦੇ ਵਿੱਚ ਮੈਂ ਐਕਟਿੰਗ ਨੂੰ ਜ਼ਿਆਦਾ ਐਕਸਪਲੋਰ ਕਰਨਾ ਚਾਹੂੰਗਾ ਕਿਉਂਕਿ ਮੈਂ ਆਮ ਏ ਟ੍ਰੇਨਡ ਐਕਟਰ ਮੈਂ ਐਕਟਿੰਗ ਸਿੱਖੀ ਕਿਉਂਕਿ ਮੈਨੂੰ ਸੀਗਾ ਵੀ ਐਕਟਰਾਂ ਦੇ ਨਾਲ ਡਾਇਰੈਕਟਰ ਵਧੀਆ ਕਮਿਊਨੀਕੇਟ ਕਰ ਪਾਉਂਦਾ ਹੈਗਾ ਜੇ ਉਹਨੂੰ ਐਕਟਰ ਦਾ ਪ੍ਰੋਸੈਸ ਪਤਾ ਹੋਵੇ ਕਿਉਂਕਿ ਅਸੀਂ ਸਿਰਫ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਆਉਣੇ ਤੁਸੀਂ ਆਉਣਾ ਦਰਵਾਜ਼ੇ ਤੁਸੀਂ ਬਹੁਤ ਗੁੱਸੇ 'ਚ ਹੋ ਤੁਸੀਂ ਇੱਦਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਸ ਪੂਰੀ ਸਟੋਰੀ ਦੇ ਗ੍ਰਾਫ ਦੇ ਵਿੱਚ ਉਹ ਇਹ ਜਿਹੜਾ ਸੀਨ ਉਹ ਕਿੱਥੇ ਖੜਾ ਹੈਗਾ ਉਹਦੀ ਪਰਸਨੈਲਿਟੀ 'ਚ ਪਿਛਲੇ ਸੀਨ ਨਾਲੋਂ ਕੀ ਚੇਂਜਿਸ ਆਏ ਨੇ ਅਤੇ ਬਾਅਦ 'ਚੋਂ ਕਿੱਥੇ ਜਾਏਗਾ ਜਾਂ ਲਾਈਕ ਉਹਨੂੰ ਉਹਦੇ ਨਾਲ ਕਮਿਊਨੀਕੇਟ ਕਰਨ ਦਾ ਇੱਕ ਤਰੀਕਾ ਆ ਤਾਂ ਕਿ ਉੱਥੇ ਉਹ ਮੈਂਟਲੀ ਫਿਜ਼ੀਕਲੀ ਉੱਥੇ ਆਵੇ ਸੋ ਉਸ ਪ੍ਰੋਸੈਸ ਦੇ ਦੌਰਾਨ ਮੈਂ ਖੁਦ ਵੀ ਜਿੱਦਾਂ ਬੜਾ ਵਧੀਆ ਐਕਟਿੰਗ ਨਾਲ ਮੈਨੂੰ ਪਿਆਰ ਜਿਹਾ ਵੀ ਹੋ ਗਿਆ ਚਲੋ ਇਸ ਫਿਲਮ ਦੇ ਦੌਰਾਨ ਮੈਂ ਕਰਨੀ ਤਾਂ ਨਹੀਂ ਚਾਹੁੰਦਾ ਸੀ ਐਕਟਿੰਗ ਜਿਹੜਾ ਵਿਲਨ ਦਾ ਰੋਲ ਮੈਂ ਪਲੇ ਕੀਤਾ ਪਰ ਅਗੇਨ ਕੋਈ ਹੋਰ ਆ ਨਹੀਂ ਸਕਦਾ ਸੀ ਇੰਡੀਆ ਤੋਂ ਤਾਂ ਮੈਨੂੰ ਸੀਗਾ ਚਲੋ ਠੀਕ ਹੈ ਮੈਂ ਹੀ ਕਰ ਲੈਂਦਾ ਹੈ ਉਹ ਵਧੀਆ ਰਿਹਾ ਲੋਕਾਂ ਨੂੰ ਤਾਰੀਫ ਜਿਨ੍ਹਾਂ ਨੇ ਹਜੇ ਤੱਕ ਦੇਖੀ ਹੈ ਫਿਲਮ ਫੈਸਟੀਵਲ 'ਤੇ ਜਾਂ ਜਿਹੜੀਆਂ ਇੱਕ ਦੋ ਪ੍ਰਾਈਵੇਟ ਸਕਰੀਨਿੰਗ ਹੋਈਆਂ ਹੋਣੀਆਂ ਉਹਨੂੰ ਸਰਾਇਆ ਤਾਂ ਐਕਟਰ ਦੇ ਤੌਰ 'ਤੇ ਮੈਨੂੰ ਲੱਗਦਾ ਜੇ ਮੈਨੂੰ ਕੰਮ ਮਿਲੇ ਤਾਂ ਮੈਂ ਜ਼ਿਆਦਾ ਪਹਿਲਾਂ ਖੁਸ਼ ਹੋਊਂਗਾ ਕਿਉਂਕਿ ਇੱਕ ਤਾਂ ਉਹ ਥੋੜ੍ਹੀ ਜਿਹੀ ਤੁਹਾਡੀ ਜਿਹੜੀ ਕਮਿਟਮੈਂਟ ਆ ਉਹ ਮਹੀਨੇ ਕੀ ਦੀ ਹੁੰਦੀ ਆ ਜੀ ਤੁਸੀਂ ਉਹਨੂੰ ਫੁੱਲ ਜਿਵੇਂ ਜਿਹਨੂੰ ਫੁੱਲ ਥਰੋਟਲ 'ਚ ਤੁਸੀਂ ਇੱਕ ਮਹੀਨਾ ਪੂਰਾ ਲਾਓ ਅਤੇ ਉਹਦੇ 'ਚ ਤੁਸੀਂ ਯੂ ਆਰ ਡਨ ਉਸ ਤੋਂ ਬਾਅਦ ਫਿਰ ਉਹ ਸਾਰਾ ਪੋਸਟਰ ਦਾ ਵਰਕ ਹੋ ਜਾਂਦਾ ਡਾਇਰੈਕਟਰ ਦੀ ਜਾਂ ਰਾਈਟਰ ਦੀ ਜਿਹੜੀ ਰਿਸਪੋਂਸੀਬਿਲਿਟੀ ਆ ਉਹ ਫਿਲਮ ਦੇ ਸਟਾਰਟ ਤੋਂ ਕੰਸੀਵਮੈਂਟ ਕੰਸੈਪਸ਼ਨ ਤੋਂ ਲੈ ਕੇ ਐਂਡ ਤੱਕ ਜਦੋਂ ਤੱਕ ਰਿਲੀਜ਼ ਨਹੀਂ ਹੋਣੀ ਮੇ ਬੀ ਈਵਨ ਆਫਟਰ ਦੈਟ ਸੋ ਉਹ ਕਮਿਟਮੈਂਟ ਬਹੁਤ ਲੰਬੀ ਆ ਉਹ ਕਰੂੰਗਾ ਮੈਂ ਉਹ ਵੀ ਬਿਕੋਜ਼ ਕੁਝ ਸਟੋਰੀਆਂ ਨੇ ਬਹੁਤ ਸਾਰੀਆਂ ਨੇ ਜਿਹੜੀਆਂ ਮੈਂ ਅੰਡਰ ਡਿਵੈਲਪਮੈਂਟ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਬਹੁਤ ਓਰਿਜਿਨਲ ਨੇ ਕੀ ਉਹ ਪੰਜਾਬੀਆਂ ਨੇ ਜਾਂ ਉਹ ਵੀ ਪੰਜਾਬੀਆਂ ਲਈ ਨੇ ਮੈਨੂੰ ਲੱਗਦਾ ਵੀ ਹੁਣ ਮੈਂ ਪੰਜਾਬੀ 'ਚ ਬਣਾਊਂਗਾ ਓਕੇ ਹਾਂਜੀ ਰਾਈਟ ਸੋ ਕਿਉਂਕਿ ਮੈਨੂੰ ਚੰਗਾ ਲੱਗ ਰਿਹਾ ਫਿਲਮ ਬਣਾਉਣ ਤੋਂ ਬਾਅਦ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਪਹਿਲਾਂ ਜਿਹੜੀ ਚੀਜ਼ ਨੂੰ ਨਹੀਂ ਆਇਆ ਉਹ ਮੈਨੂੰ ਲੱਗ ਰਿਹਾ ਕਿ ਸ਼ਾਇਦ ਦੈਟ ਇਜ਼ ਮਾਈ ਸਟਰੋਂਗ ਪਾਰਟ ਕਿ ਮੈਂ ਪੰਜਾਬ ਦਾ ਜਾਂ ਪਿੰਡਾਂ ਦਾ ਸਰਕਾਰੀ ਸਕੂਲਾਂ ਦਾ ਪੜ੍ਹਿਆ ਹੋਇਆ ਨਾ ਤਾਂ ਉਹ ਕਲ ਉਹ ਇੱਕ ਜਿਹੜੀ ਚੀਜ਼ ਹੈਗੀ ਆ ਆਪਦੇ ਕਿਉਂਕਿ ਸਟੋਰੀ ਤਾਂ ਕੋਈ ਪਿਆਰ ਮੁਹੱਬਤ ਦੀ ਸਟੋਰੀ ਸੀ ਪੈਰਿਸ 'ਚ ਵੀ ਦੋ ਬੰਦੇ ਆਪਸ ਨੂੰ ਮਿਲਦੇ ਨੇ ਪਿਆਰ ਹੋ ਜਾਂਦਾ ਉਹਨਾਂ ਨੂੰ ਅਤੇ ਉਹ ਜੋ ਪਿੰਡ 'ਚ ਵੀ ਹੋਣਗੇ ਦੋ ਮਿਲਦੇ ਪਿਆਰ ਦਾ ਪਿਆਰ ਆ ਪਰ ਉਹਦਾ ਕਲਚਰਲ ਕੰਟੈਕਸਟ ਕੀ ਆ ਉਹਦੇ ਕਲਚਰਲ ਨਿਊਐਂਸਿਸ ਕੀ ਹੈਗੇ ਨੇ ਉਹ ਜਿਹੜਾ ਬੰਦਾ ਪੰਜਾਬ 'ਚ ਪੈਦਾ ਹੋਇਆ ਉਹ ਜ਼ਿਆਦਾ ਬੈਟਰ ਮੈਂ ਦਿਖਾ ਸਕਦਾ ਸੋ ਮੈਨੂੰ ਲੱਗਦਾ ਮੈਂ ਪੰਜਾਬੀ 'ਚ ਅੱਗੇ ਜ਼ਿਆਦਾਤਰ ਕੰਮ ਪੰਜਾਬੀ 'ਚ ਕਰੂੰਗਾ ਰੱਬ ਕਰੇ ਕਿ ਤੁਹਾਡੇ ਸੁਪਨੇ ਪੂਰੇ ਹੋਣ ਸੋ ਕੰਮ ਦੇ ਲਈ ਬਹੁਤ ਬਹੁਤ ਦੁਆਵਾਂ ਨੇ ਅਤੇ ਫਿਲਮ ਦੇ ਲਈ ਵੀ ਢੇਰ ਸਾਰੀਆਂ ਬੈਸਟ ਵਿਸ਼ਿਸ ਨੇ ਸੋ ਰਿਸਕ ਤਾਂ ਤੁਸੀਂ ਲੈ ਆਈ ਹੈ ਪਰ ਪਰਮਾਤਮਾ ਉਸਨੂੰ ਜ਼ਰੂਰ ਜਿਹੜਾ ਹੈ ਉਹ ਲੋਕਾਂ ਦੇ ਨਜ਼ਰ ਦੇ ਵਿੱਚ ਪਾਸ ਕਰੇ ਸੋ ਦੈਟ ਤੁਸੀਂ ਅੱਗੇ ਹੋਰ ਮੋਟੀਵੇਸ਼ਨ ਦੇ ਨਾਲ ਸੋਹਣੇ ਰਿਸਕ ਲੈ ਸਕੋ ਅਤੇ ਸੋਹਣਾ ਕੰਮ ਕਰ ਸਕੋ ਪਰ ਮੈਂ ਜ਼ਰੂਰ ਜਾਣਨਾ ਚਾਹਾਂਗਾ ਤੁਸੀਂ ਪੰਜਾਬ ਆਉਂਦੇ ਹੋ ਅਤੇ ਤੁਹਾਡਾ ਪਿਛੋਕੜ ਪਿੰਡ ਕਿਹੜਾ ਹੈ ਕਸਵਾਨਾ ਜੀ ਕਸਵਾਨਾ ਹੀ ਹੈ ਅਤੇ ਜਦੋਂ ਜਾਂਦੇ ਹੋ ਸਕੂਲ ਤੁਸੀਂ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਹੈ ਜਾਂਦੇ ਹੋ ਆਪਦੇ ਸਕੂਲ ਟੀਚਰਸ ਨੂੰ ਮਿਲਦੇ ਹੋ ਟੀਚਰ ਤਾਂ ਹੈ ਨਹੀਂ ਜੀ ਹੁਣ ਅਤੇ ਪਰ ਸਕੂਲ ਜਾਣਾ ਜਾਂਦੇ ਹੋ ਸੋ ਕਿਸ ਤਰ੍ਹਾਂ ਆਪਣੇ ਆਪ ਨੂੰ ਕੀ ਕਿਹੋ ਜਿਹੇ ਸਟੂਡੈਂਟ ਸੀਗੇ ਸਤਿੰਦਰ ਸਕੂਲ ਦੇ ਵਿੱਚ ਮੈਂ ਬਹੁਤ ਸ਼ਰਾਰਤੀ ਸਟੂਡੈਂਟ ਸੀਗਾ ਪੜ੍ਹਨ 'ਚ ਬਹੁਤ ਵਧੀਆ ਸੀਗਾ ਪਰ ਬਾਕੀ ਬੱਚਿਆਂ ਨੂੰ ਜਿਵੇਂ ਪਿੰਡ ਵਾਲੇ ਤੋਂ ਹਿੰਦੇ ਵੀ ਤਾਂ ਤੁੱਕੇ ਤੁੱਕੇ ਖਾ ਕੇ ਵਾਪਸ ਆ ਜਾਂਦੇ ਸੀਗੇ ਬੈਠੇ ਰਹਿੰਦੇ ਸੀ ਆਪਦੀਆਂ ਬੋਰੀਆਂ ਵਿਛਾ ਕੇ ਅਤੇ ਕੋਈ ਕਲਾਸ ਦਾ ਸਾਡਾ ਸਾਰੇ ਬੱਚੇ ਆਲਮੋਸਟ ਇੱਕ ਹੀ ਥਾਂ 'ਤੇ ਬਹਿੰਦੇ ਸੀਗੇ ਅਤੇ ਬੜਾ ਵਧੀਆ ਫੇਸ ਸੀਗਾ ਮੈਂ ਇਸੇ ਕਰਕੇ ਆਪਦੇ ਸਰਨੇਮ ਨਾਲ ਮੈਂ ਪਿੰਡ ਦਾ ਹੀ ਨਾਮ ਰੱਖਿਆ ਕਿਉਂਕਿ ਮੈਨੂੰ ਸੀਗਾ ਵੀ ਇੱਕ ਉਹ ਟੈਗ ਆ ਜਿਹੜਾ ਮੇਰਾ ਬਚਪਨ ਦਾ ਅਤੇ ਹੁਣ ਪਿੰਡ ਦੇ ਵਿੱਚ ਘਰ ਦੇ ਕੌਣ ਕੌਣ ਹੈਗੇ ਹੁਣ ਪਿੰਡ ਦੇ ਵਿੱਚ ਘਰ ਨਹੀਂ ਹੈ ਜੀ ਜਦੋਂ ਪੰਜਾਬ ਦੇ ਹਾਲਾਤ ਅਣਸੁਖਾਵੇਂ ਸੀਗੇ ਉਦੋਂ ਸਾਡੇ ਪਿੰਡਾਂ 'ਚ ਸਕੂਲ ਨਹੀਂ ਖੁੱਲ੍ਹਦੇ ਸੀ ਕਿਉਂਕਿ ਫਿਰੋਜ਼ਪੁਰ ਡਿਸਟ੍ਰਿਕਟ ਗੁਰਦਾਸਪੁਰ ਅੰਮ੍ਰਿਤਸਰ ਇਹ ਕਾਫੀ ਮਿਲੀਟੈਂਸੀ ਪ੍ਰੋਨ ਏਰੀਆ ਸੀਗੇ ਸੋ ਆਰਮੀ ਮਿਲੀਟੈਂਸੀ ਸੋ ਅਨਨੋਰਮਲ ਬੰਦੇ ਦਾ ਤਾਂ ਜਿਵੇਂ ਸਕੂਲ ਨਹੀਂ ਖੁੱਲ੍ਹਣੇ ਅਤੇ ਸਾਡੇ ਜਿਹੜੇ ਘਰਦੇ ਸੀਗੇ ਉਹ ਪੜ੍ਹਾਈ ਨੂੰ ਲੈ ਕੇ ਕਾਫੀ ਸੀਰੀਅਸ ਸੀਗੇ ਤਾਂ ਉਹਨਾਂ ਨੇ ਡਿਸਾਈਡ ਕੀਤਾ ਕਿ ਸਾਡਾ ਘਰ ਸੀਗਾ ਮੋਗੇ 'ਚ ਪਹਿਲਾਂ ਉਹ ਰੈਂਟ 'ਤੇ ਦਿੱਤਾ ਹੁੰਦਾ ਸੀ ਉਹ ਫਿਰ ਸਾਡੇ ਬਾਪੂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਲੈ ਕੇ ਉੱਥੇ ਚਲੇ ਜਾਓ ਕਿਉਂਕਿ ਉੱਥੇ ਸਕੂਲਾਂ 'ਚ ਇਹਨਾਂ ਦੀ ਪੜ੍ਹਾਈ ਇਫੈਕਟ ਨਾ ਹੋਵੇ ਸੋ ਮੈਂ 6ਵੀਂ ਕਲਾਸ ਤੋਂ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਫਿਰ ਉੱਥੇ ਪੜ੍ਹਿਆ ਮੈਂ ਚਲੋ ਬਹੁਤ ਵਧੀਆ ਗੱਲ ਹੈ ਅਤੇ
ਹੁਣ ਅਸੀਂ ਮਤਲਬ ਇੱਕ ਹੋਰ ਹੋਪ ਖੁੱਲ੍ਹ ਗਈ ਹੈ ਕਿ ਹੈ ਨਾ ਕੋਈ ਇਨਸਾਨ ਜੋ ਪੰਜਾਬ ਦੀ ਮਿੱਟੀ ਤੋਂ ਹੀ ਹੈ ਬੋਰੀਆਂ ਵਾਲੇ ਸਕੂਲ 'ਚੋਂ ਪੜ੍ਹ ਕੇ ਅਤੇ ਹੁਣ ਫਿਲਮ ਮੇਕਿੰਗ ਦੇ ਵਿੱਚ ਆ ਗਿਆ ਔਰ ਸਾਡੇ ਸਿਨੇਮਾ ਨੂੰ ਇੱਕ ਕੁਛ ਹੋਰ ਨਵਾਂ ਮਿਲਣ ਜਾ ਰਿਹਾ ਸੋ ਆਲ ਦਾ ਵੈਰੀ ਬੈਸਟ ਤੁਹਾਡੇ ਦਿਲ 'ਚ ਕੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਡੀਅੰਸ ਨੂੰ ਜੋ ਇਸ ਟਾਈਮ ਆਈ ਮੀਨ ਵੱਖ ਵੱਖ ਸਿਨੇਮਾ ਨੂੰ ਵੈਲਕਮ ਕਰਨ ਦੇ ਲਈ ਤਿਆਰ ਵੀ ਹੈ ਹਾਂਜੀ ਮੈਂ ਆਡੀਅੰਸ ਨੂੰ ਇਹ ਕਹਿਣਾ ਚਾਹੂੰਗਾ ਕਿ ਨਵੀਆਂ ਚੀਜ਼ਾਂ ਜਿਹੜੀਆਂ ਨੇ ਥੋੜ੍ਹਾ ਲੀਕ ਤੋਂ ਹਟ ਕੇ ਉਹ ਬਣਾਉਣੀਆਂ ਕਾਫੀ ਮੁਸ਼ਕਿਲ ਹੁੰਦੀਆਂ ਨੇ ਚੈਲੇਂਜਿੰਗ ਹੁੰਦੀਆਂ ਨੇ ਅਤੇ ਕਈ ਵਾਰ ਅਸੀਂ ਸਾਰੇ ਹੀ ਕੰਪਲੇਨ ਕਰਦੇ ਹਾਂ ਕਿ ਕੁਛ ਨਵਾਂ ਨਹੀਂ ਹੋ ਰਿਹਾ ਜਾਂ ਕੁਛ ਡਿਫਰੈਂਟ ਨਹੀਂ ਹੋ ਰਿਹਾ ਹਾਲਾਂਕਿ ਹਰ ਬੰਦਾ ਜੋ ਵੀ ਆਪਦੇ ਲੈਵਲ 'ਤੇ ਕਰ ਰਿਹਾ ਹਰ ਫਿਲਮ ਇੱਕ ਵਾਰੀ ਕੁਛ ਨਾ ਕੁਛ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਹੜੀ ਚੀਜ਼ ਬਿਲਕੁਲ ਹੀ ਐਕਸਪੈਰੀਮੈਂਟਲ ਲੈਵਲ 'ਤੇ ਹੋਵੇ ਮੇਰੇ ਹਿਸਾਬ ਨਾਲ ਉਹਨੂੰ ਇੱਕ ਵਾਰੀ ਦਰਸ਼ਕਾਂ ਨੂੰ ਰਿਕੁਐਸਟ ਇਹ ਹੈ ਵੀ ਦੇਖੋ ਸਾਨੂੰ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਵੇਂ ਅਸੀਂ ਇੰਪਰੂਵ ਕਰ ਸਕਦੇ ਹਾਂ ਨੈਕਸਟ ਟਾਈਮ ਕਿਉਂਕਿ ਜੇ ਇੱਕ ਵਾਰੀ ਤੁਸੀਂ ਕਿਸੇ ਦਾ ਕੰਮ ਦੇਖਦੇ ਹੋ ਅਤੇ ਉਹਨਾਂ ਨੂੰ ਇਨਕਰੇਜ ਕਰਦੇ ਹੋ ਤਾਂ ਬੰਦਾ ਦੁਬਾਰਾ ਇਸ ਹੌਸਲੇ ਦੇ ਉੱਤੇ ਖੜ੍ਹਾ ਹੋ ਕੇ ਫਿਰ ਨੈਕਸਟ ਟਾਈਮ ਵੀ ਕੁਛ ਕਰਨ ਦੀ ਹਿੰਮਤ ਕਰਦਾ ਹੈ ਬਸ ਇਹੀ ਇੱਕ ਰਿਕੁਐਸਟ ਹੈ 13 ਤਰੀਕ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨਾ ਤੁਹਾਡੇ ਨਜ਼ਦੀਕੀ ਸਿਨੇਮਾ ਦੇ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋ ਰਹੀ ਹੈ ਰੇਂਜ ਰੋ 290 ਆਓ ਪਲੀਜ਼ ਦੇਖੋ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਫਿਲਮ ਬਹੁਤ ਪਸੰਦ ਆਏਗੀ ਫਿਲਮ ਦੀ ਐਕਟਿੰਗ ਰਾਈਟਿੰਗ ਦੇ ਬਾਰੇ ਸਾਨੂੰ ਫੀਡਬੈਕ ਦਿਓ ਦੈਟਸ ਆਲ ਕੀ ਬਾਤ ਹੈ ਬਹੁਤ ਬਹੁਤ ਤੁਹਾਡਾ ਤੁਸੀਂ ਮੌਕਾ ਦਿੱਤਾ ਅਤੇ ਰੋਜ਼ਾਨਾ ਸਪੋਕਸਮੈਨ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਦੇ ਦਰਸ਼ਕਾਂ ਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਸੋ ਜੀ ਬਿਲਕੁਲ ਦੇਖੋ ਮਿਹਨਤ ਹਰ ਕੋਈ ਕਰਦਾ ਲੇਕਿਨ ਉਸਦਾ ਫਲ ਕਦੋਂ ਮਿਲਦਾ ਜਦੋਂ ਤੁਸੀਂ ਪਿਆਰ ਅਤੇ ਸਪੋਰਟ ਕਰਦੇ ਹੋ ਕਹਿੰਦੇ ਆ ਜਨਤਾ ਜਨਾਰਦਨ ਹੈ ਸੋ ਬਿਲਕੁਲ ਤੁਹਾਡੇ ਲਈ ਸਤਿੰਦਰ ਕਸਵਾਨਾ ਜੀ ਲੈ ਕੇ ਆ ਰਹੇ ਨੇ ਕੈਨੇਡਾ ਦੀ ਇੱਕ ਡਾਰਕ ਸਾਈਡ ਕੈਨੇਡਾ ਦੀ ਇੱਕ ਡਾਰਕ ਸਾਈਡ ਓਕੇ ਜਿਸ ਦੇ ਵਿੱਚ ਰਿਸ਼ਤੇ ਵੀ ਹੈ ਔਰ ਬਹੁਤ ਕੁਝ ਅਜਿਹਾ ਜਿਹੜਾ ਮੇ ਬੀ ਸਾਡੇ ਲਈ ਬਹੁਤ ਜ਼ਿਆਦਾ ਅਣਛੋਇਆ ਹੈ ਅਨਟੱਚਡ ਹੈ ਸੋ ਬਿਲਕੁਲ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਵਧੀਆ ਲੱਗੇਗਾ ਜੇਕਰ ਨਹੀਂ ਵੀ ਲੱਗੇਗਾ ਤਾਂ ਤੁਸੀਂ ਦੱਸ ਸਕਦੇ ਹੋ ਕਿ ਕੀ ਗੱਲ ਹੈ ਮਤਲਬ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਲੇਕਿਨ ਕੀਪ ਸਪੋਰਟਿੰਗ ਐਂਡ ਕੀਪ ਵਾਚਿੰਗ ਸਿਨੇ ਪੰਜਾਬੀ ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ ਜਲਦ ਮਿਲਾਂਗੇ ਸਤਿ ਸ਼੍ਰੀ ਅਕਾਲ